ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲਰਾ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਜਿਸ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਭ ਥੋਕ ਕਾ ਦਾਤਾ। ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਇੱਕ ਸੌਦੇ ਦੀਆਂ ਬੜੀਆਂ ਦੁਕਾਨਾਂ ਪ੍ਰਚੂ ਹੁੰਦੀਆਂ ਹਨ, ਪਰ ਥੋਕ ਦੀ ਦੁਕਾਨ ਕਿਤੇ ਕਿਤੇ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਖੇਤਰ ਦੇ ਵਿੱਚ ਵੀ ਮਹਾਰਾਜ ਕਹਿੰਦੇ ਜਿਸ ਜਨ ਆਪਣਾ ਪ੍ਰਭੂ ਪਛਾਤਾ। ਕਿਸੇ ਨੂੰ ਦੇਖ ਲੈਣਾ ਹੋਰ ਗੱਲ ਹੈ, ਪਰ ਪਛਾਣ ਲੈਣਾ, ਜਾਣ ਲੈਣਾ ਇਹ ਅਗਲੀ ਬਿਰਤੀ ਦੀ ਗੱਲ ਹੈ। ਜਿਹਨਾਂ ਨੇ ਪ੍ਰਭੂ ਨੂੰ ਪਛਾਣ ਲਿਆ ਫਿਰ ਉਹ ਕੀ ਬਣ ਜਾਂਦੇ ਹਨ? ਸੋ ਜਨ ਸਰਵ ਥੋਕ ਕਾ ਦਾਤਾ। ਧਾਰਮਿਕ ਖੇਤਰ ਦੇ ਵਿੱਚ ਵੀ ਉਸ ਕੋਲ ਐਸੀ ਸ਼ਕਤੀ ਆ ਜਾਂਦੀ ਹੈ, ਕਿਸੇ ਵੀ ਧਰਮ ਦਾ ਗੀਤ ਪੁਜਾਰੀ ਅਨੁਆਈ ਆ ਜਾਵੇ ਸਭ ਦਾ ਘਰ ਪੂਰਾ ਕਰ ਦੇਣਾ। ਅੱਜ ਸੰਤ ਖਾਲਸਾ ਦਲ ਦੀ ਇਹ ਸਟੇਜ, ਸੰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ, ਐਸੇ ਮਾਲਕ ਹਨ ਇਸਦੇ, ਥੋਕ ਦੇ ਮਾਲਕ। ਇੱਥੇ ਕੋਈ ਵੀ ਆ ਜਾਵੇ ਇਸ ਦਰ ਤੇ ਕਿਸੇ ਧਰਮ ਨਾਲ ਸੰਬੰਧਿਤ, ਸਭ ਨੂੰ ਪਿਆਰ, ਸਭ ਨੂੰ ਗਿਆਨ, ਸਭ ਨੂੰ ਪ੍ਰਕਾਸ਼ ਔਰ ਸਾਰਿਆਂ ਨੂੰ ਖੁਸ਼ਬੂ ਮਿਲਦੀ ਹੈ। ਐਸੇ ਮਹਾਂਪੁਰਖਾਂ ਨੇ ਜੋ ਸਭ ਥੋਕ ਦੇ ਦਾਤੇ ਹਨ ਇਸ ਪਵਿੱਤਰ ਸਥਾਨ ਤੇ। ਉਹਨਾਂ ਤਿੰਨ ਮਹਾਨ ਅਮਰ ਜੋਤਾਂ ਦਾਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ, ਦਾਤਰ ਬਾਬਾ ਚੰਦਰਾ ਜੀ ਮਹਾਰਾਜ, ਦਾਤਰ ਆਜ਼ਾਦੀ ਦੇ ਘੁਲਾਟੀਏ ਦੇਸ਼ ਭਗਤ ਬਾਬਾ ਊਧਮ ਸਿੰਘ ਜੀ ਨੇ, ਊਧਮ ਸਿੰਘ ਜੀ ਕਲਿਆਣ, ਇਹਨਾਂ ਤਿੰਨ ਮਹਾਨ ਹਸਤੀਆਂ ਨੇ ਸਮਰਪਿਤ ਅਸਤਾਰ ਦਾ ਸੁਭਾਗਾ ਸਮਾਂ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤਾ ਨਗਰ ਕੂੜੀ ਕਲਾਂ ਇਸ ਸੰਸਥਾਨ ਤੇ। ਆਓ, ਚਾਰ ਦਿਨ ਦੇ ਸਮੇਂ ਤੋਂ ਤੀਸਰੇ ਦਿਨ ਦਾ ਸਮਾਂ ਹੈ। ਸੰਗਤਾਂ ਦੇਖੋ ਜਿੱਥੋਂ ਤੱਕ ਲਿਆ ਜਾਂਦੇ ਆ, ਹੁਣੇ ਪੰਡਾਲ ਫੁੱਲ ਹੈ। ਦੇਸ਼ ਵਿਦੇਸ਼ ਇਲਾਕੇ ਤੋਂ ਜਿੱਥੇ ਵੀ ਸੋ ਗਈ ਹੈ, ਬੜੀ ਗਿਣਤੀ ਸੰਗਤ ਆਈ ਹੈ। ਪ੍ਰਬੰਧਕਾਂ ਵੱਲੋਂ, ਸਮੁੱਚੀ ਸੰਗਤ ਵੱਲੋਂ ਮਹਾਰਾਜ ਜੀਆਂ ਨੂੰ ਜਿਹੜੇ ਸਾਰੇ ਥੋਕਾਂ ਦੇ ਦਾਤੇ ਹਨ, ਆਓ ਬੇਨਤੀ ਕਰੀ ਉਹਨਾਂ ਦੇ ਚਰਨ ਕੇ ਆਪਣੇ ਆਸਰ ਦੇ ਸਵਾਇਮਾਨ ਹੋ ਕੇ ਖੁੱਲੇ ਦਰਸ਼ਨ ਦੀ ਰਾਤ ਅੰਮ੍ਰਿਤ ਲਈ ਭੰਡਾਰੇ ਵਰਤਾਉਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। Thank you.
ਕੈਸੀ ਅੰਤਲਾ ਜੈ ਜੈ ਦੇਖਾਂ ਤੈ ਤੈ ਤੂੰ ਹੈ ਤੁਸੀ ਨਿਕਸੀ ਫੂਟ ਮਰਾ ਨਿਕਸੀ ਫੂਟ ਮਰਾ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਈ ਜੇ ਤੂੰ ਮੇਰਾ ਜੇ ਤੂੰ ਮੇਰਾ ਹੋ ਰਹੀ ਸਭ ਜਗ ਤੇਰਾ ਹੀ ਹੋ ਜਾਵੇ ਤੇਰਾ ਹੋ ਜਾਵੇ ਸਭ ਜਗ ਤੇਰਾ ਹੀ ਹੋ ਜਾਵੇ ਤੇਰਾ ਹੋ ਜਾਵੇ ਜੇ ਤੂੰ ਆਪਣਾ ਆਪ ਸਵਾਰੇ ਜੇ ਤੂੰ ਆਪਣਾ ਆਪ ਸਵਾਰੇ ਜੇ ਤੂੰ ਆਪਣਾ ਆਪ ਜੇ ਤੂੰ ਆਪਣਾ ਆਪ ਸਵਾਰੇ ਸਭ ਜਨ ਤੇਰਾ ਹੋ ਜਾਵੇ ਤੇਰਾ ਹੀ ਹੋ ਜਾਵੇ ਜੇ ਤੂੰ ਆਪਣਾ ਆਪ ਆਪਣਾ ਆਪ ਸਵਾਰੇ ਜੀ ਤੂੰ ਆਪ ਸਵਾਰੇ ਮੈਂ ਮਿਲਾ ਮੈਂ ਮਿਲਿਆ ਸੁਖ
ਜੇ ਤੂੰ ਮੇਰਾ ਹੋ ਰਹੇ ਸਰਬ ਸੰਗਤ ਆਪਦੇ ਆਪ ਦੀ ਆਪਣੇ ਆਪ ਨੂੰ ਤੂੰ ਕਿੱਥੋਂ ਆਇਆ ਕਹਿ ਗਿਆ ਕਿਆ ਗਿਆਨ ਵਿਚਾਰ ਇਹ ਗਿਆਨਾਨੰਦ ਅਵਸਥਾ ਇੱਕ ਜਗ੍ਹਾ ਇਸੇ ਤਰ੍ਹਾਂ ਹੀ ਆਪਦੇ ਸਰੂਪ ਦੀ ਲਕਸ਼ਤਾ ਦੀ ਜਾਣਕਾਰੀ ਜਿਹਨਾਂ ਸਤਿਪੁਰਸ਼ਾਂ ਨੇ ਪ੍ਰਾਪਤ ਕਰ ਲਈ ਹੈ ਉਹਨਾਂ ਨੂੰ ਕਿਹਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਪਰਮੇਸ਼ਰ ਦਾ ਪਿਆਰਾ ਬਣ ਗਿਆ ਇੱਕ ਦਾ ਨਹੀਂ ਤੋ ਦੇ ਵਾਸਤੇ ਨਹੀਂ ਕਈ ਦਫਾ ਖੁੱਲ੍ਹੇ ਵਿਚਾਰ ਵੀ ਚੱਲਦੇ ਨੇ ਕਿ ਗੁਰੂ ਸਿੰਘ ਸ਼ਹੀਦ ਸੰਤ ਭਗਤ ਲੋਕ ਇਹ ਇੱਕ ਦੇ ਨਹੀਂ ਇਹ ਸਾਰੇ ਸੰਸਾਰ ਦੇ ਸਾਂਝੇ ਹਨ ਜੋ ਵੀ ਕੋਈ ਉਸਦੇ ਵਾਸਤੇ ਜੀਵਨ ਵਾਰਦਾ ਹੈ ਕੁਰਬਾਨ ਕਰਦਾ ਹੈ ਰੱਬ ਕਿਹਦਾ ਹੈ ਉਹਨੂੰ ਕੋਈ ਅਪਣਾ ਲਓ ਹੈ ਉਹ ਇੱਕ ਕਿੰਨਿਆਂ ਨਾਲ ਤੁਰਦਾ ਹੈ ਉਹ ਐਸਾ ਜੀਵਨ ਦਾ ਕਿਆ ਕਹੀਏ ਕਿ ਇੱਕ ਪਲਟਾ ਆ ਜਾਣਾ ਇੱਕ ਜਗ੍ਹਾ ਆਪਣੇ ਆਪ ਨੂੰ ਸਵਾਰ ਕੇ ਔਰ ਭਗਵਾਨ ਰਾਮ ਜੀ ਨੂੰ ਗੁਰੂ ਵਸਿਸ਼ਠ ਜੀ ਇੱਕ ਟੂਕ ਮਾਤਰ ਮੈਂ ਬੋਲਦਾ ਹੋਇਆ ਕਿ ਐ ਰਾਮ ਮੇਰੀ ਮੁਝਕੋ ਨਮਸਕਾਰ ਉੱਥੇ ਆਪਣਾ ਆਪ ਸਵਾਰ ਲਿਆ ਆਪਣੇ ਆਪ ਦੀ ਸੋਝੀ ਹੋ ਗਈ ਉਹ ਭਟਕਦਾ ਨਹੀਂ ਫਿਰਦਾ ਉੱਥੇ ਚਲੋ ਉੱਥੇ ਚਲੋ ਉੱਥੇ ਚਲੋ ਉੱਥੇ ਹੈ ਉੱਥੇ ਹੈ ਹੇ ਰਾਮ ਆਪਣੇ ਸ਼ੁੱਧ ਸਰੂਪ ਦੀ ਪਹਿਚਾਣ ਜਿਨ੍ਹਾਂ ਨੇ ਕਰ ਲਈ ਆਪਣਾ ਆਪ ਸਵਾਰ ਲੈਣਾ ਤੋ ਮੈਂ ਮਿਲ ਗਿਆ ਉੱਥੇ ਉੱਥੇ ਖੁਦ ਖੁਦਾ ਨੇ ਕਿਹਾ ਹਮ ਹੀ ਭਰੀ ਹੈ ਰੱਬ ਨੇ ਭਰੀ ਹੈ ਕਿ ਉੱਥੋਂ ਬ੍ਰਹਮ ਗੋਡ ਅੱਲਾ ਵਾਹਿਗੁਰੂ ਜੋ ਕਹੀਏ ਕੋਈ ਦੂਰ ਨਹੀਂ ਹੈ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਤਰਾਈ ਬਿੰਦੀ ਲਾ ਦੋ ਤਰਾਈ ਇਹ ਦੋਈ ਟਕਸਾਲਾ ਗੁਰੂ ਕਾਂਸ਼ੀ ਦਮਦਮਾ ਸਾਹਿਬ ਤੋਂ ਇੱਕ ਬਿੰਦੀ ਨਹੀਂ ਲਾਈ ਜਾਂਦੀ ਲਾ ਸਕਦੇ ਹੋ ਤੋ ਭਾਈ ਸਾਹਿਬ ਭਾਈ ਮਨੀ ਸਿੰਘ ਬੰਦ ਬੰਦ ਕਟਵਾਉਣ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੈੱਡ ਗ੍ਰੰਥੀ ਮਾਤਾ ਸੁੰਦਰੀ ਜੀ ਨੇ ਉਹਨਾਂ ਦੀ ਦਮਦਮੇ ਸਾਹਿਬ ਤੋਂ ਡਿਊਟੀ ਲਗਾਈ ਸੀ
ਉੱਥੇ ਉਹ ਬਿੰਦੀ ਲਾ ਸਕਦੇ ਨੇ ਸੰਪਰਦਾਈ, ਆਪਣੀ ਮਤ ਨਾਲ ਨਹੀਂ। ਸੰਗੀ ਸਾਥੀ ਸਗਲ ਤਰਾਈ ਤਰਾਈ ਉਹਨਾਂ ਨੇ ਤਰਾ ਤਾਰ ਦਿੱਤੇ ਸੰਗੀ ਸਾਥੀ, ਪਰ ਉਹਨਾਂ ਦੇ ਕੋਲੋਂ ਕੋਈ ਰੱਬ ਦੂਰ ਹੈ ਨਹੀਂ। ਪਿਆਰ ਦੇ ਨਾਲ ਪੜੀਏ, ਪਿਆਰੇ ਜੀ ਗੁਰੂ ਤਾਂ ਮੇਰੇ ਅੰਗ ਸੰਗ ਹੈ, ਮੇਰੇ ਪਿਆਰੇ ਗੁਰੂ ਤਾਂ ਮੇਰੇ ਅੰਗ ਸੰਗ ਹੈ, ਮੈਂ ਮੂਰਖ ਜਾਣਿਆ ਦੂਰੀ ਰੇ, 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 ਪਿਆਰੇ ਜੀ ਗੁਰੂ ਤਾਂ ਸਦਾ ਅੰਗ ਸੰਗ, ਪਿਆਰਿਓ ਗੁਰੂ ਤਾਂ ਸਦਾ ਅੰਗ ਸੰਗ ਹੈ, ਤੁਹਾਰ ਦਾ ਨਾਮ ਹਿਰਦੇ ਨਿਤ ਤਿਹਾਈ, ਬਿੰਦੀ ਦਾ ਭਾਵ ਸਮਝ ਚੁੱਕੇ ਹੋ। ਸਿਰ ਤੇਰੇ ਨਾਲ ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਉਹਨੂੰ ਯਾਦ ਕਰ, ਉਹਨੂੰ ਯਾਦ ਕਰ ਤਿਸ ਸਦਾ ਸੰਭਾਲੇ, ਤੇਰੀ ਰੱਖਿਆ ਕਰੂਗਾ ਸਦਾ ਵਾਸਤੇ ਰੱਖਿਆ ਕਰਦਾ। ਸਿਰ ਮਸਤਕ ਰੱਖੇ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ, ਆਤਮ ਰੱਖਿਆ ਗੋਪਾਲ ਹੈ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਰ ਹੈ। ਤੇਰੀ ਰੱਖਿਆ ਦੇ ਇਹ ਸਾਰੇ ਵਿਚਾਰ ਨੇ ਐ ਸਿਖ ਐ ਸਿੱਖ,
ਤੋਂ ਤੂੰ ਹੈ ਕਿਹੜਾ ਸਰੂਪ? ਆਪ ਸਵਾਰਨ ਦੀ ਗੱਲ ਤੋਂ ਮੈਂ ਥੋੜ੍ਹਾ ਸਾ ਅੱਗੇ ਚੱਲਦਾ, ਔਰ ਜਿਨ੍ਹਾਂ ਦੇ ਅੰਦਰ ਇਹ ਟਿਕ ਕੇ ਬੈਠ ਗਏ, ਇੱਕ ਥਾਂ ਮੈਂ ਆਪਦੇ ਅਨੁਭਵੀ ਵਿਚਾਰ ਮੈਂ ਬੋਲਦਾ, ਜਿਸ ਨੂੰ ਕਾਵਿ ਵੀ ਕਹਿ ਦਿੰਦੇ ਹਾਂ, ਕਿ ਸੂਰਾ ਬਣ ਕੇ ਬੈਠਣ ਚੰਗਾ, ਫਿਰਦਾ ਸਾਰੇ ਪੂਰਾ। ਕੱਲ ਸੂਰੇ ਦੇ ਅਰਥ ਸੁਣੇ ਸੀ, ਯੋਧਾ ਮਹਾਬਲੀ ਸੂਰਮਾ, ਇੱਕ ਦੁਨਿਆਵੀ ਸੂਰਮਾ, ਇੱਕ ਅਧਿਆਤਮਿਕ ਸੂਰਮਾ, ਇੱਕ ਇੰਦਰਾ ਵਸ ਕਰੇ ਜਿਉਂਦਾ ਹੈ, ਦਸ ਇੰਦਰੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ, ਮੈਂ ਜੇ ਦਸ ਤੇ ਬੋਲਣਾ, ਬੇ ਵੇਦਾਂਤ ਦੀ ਵਸਤੂ ਚੋਂ ਹੈ। ਉਹ ਮਹਾਬਲੀ ਹੈ ਤੇ ਸੂਰਮਾ ਪੰਜੇ ਗਿਆਨ ਇੰਦਰੀ, ਪੰਜੇ ਕਰਮ ਇੰਦਰੀ, ਪੰਜੇ ਪ੍ਰਾਣ ਇੰਦਰੀ, ਮਨ ਬੁੱਧ ਚਿੱਤ ਅਹੰਕਾਰ, ਅਨੰਤ ਬੈਰੀ ਦੁਸ਼ਮਣਾਂ ਨੂੰ ਖਤਮ ਕਰਦਾ ਕਹਿ ਦਿਓ, ਮਾਰਦਾ ਹੋਇਆ ਵਸ ਕਰਦਾ ਹੋਇਆ ਜੀਵਨ ਲਈ ਤੁਰਿਆ ਜਾਂਦਾ ਹੈ। ਅਹਿਲੇ ਵਤਨ, ਬਸ ਉਸ ਸ਼ਹਿਰ ਨੂੰ ਵੀ ਮੈਂ ਬੋਲਦਾ, ਸਦਾ ਆਬਾਦ ਰਹੋ। ਹਮ ਵੀ ਸਫ਼ਰ ਕਰੇ ਹਾਂ ਤੁਹਾਡੇ ਨਾਲ, ਮੈਂ ਵੀ ਸਫ਼ਰ ਕਰਦਾ, ਜੇ ਤੁਸੀਂ ਵੀ ਸਫ਼ਰ ਕਰਦੇ ਹੋ ਤਾਂ ਮੈਂ ਵੀ ਸਫ਼ਰ ਕਰ ਰਿਹਾ ਹਾਂ ਜ਼ਿੰਦਗੀ ਦਾ। ਆਇਓ ਕਿਰਪਾ ਕਰੋ, ਜੋ ਸੂਰਾ ਬਣ ਕੇ ਬੈਠਣ ਚੰਗਾ, ਫਿਰਦਾ ਸਾਰੇ ਪੂਰਾ, ਪੂਰਾ ਵਾਲੇ ਡੁੱਬਦੇ ਦੇਖੇ ਅੱਧ ਵਿੱਚ ਨਾ ਪੂਰਾ, ਪੂਰਾ ਸਭ ਨੇ ਗੱਲੀ ਪੂਰਾ, ਕਿਸ ਘੱਟ 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 ਮੈਂ ਹਿਰ ਹਰ ਜੂਰ, ਕਿਸ ਘੱਟ ਆਖਾਂ ਤੂੰ ਨਹੀਂ ਪੂਰਾ, ਪੂਰਾ ਮਿਲ ਜੇ ਪੂਰੀ ਪੈਰੂ ਪੈਜੂ ਪਾਰ ਲੰਘਾਵੇ ਪੂਰਾ। ਬਾਬਾ ਅਤਰ ਸਿੰਘ ਸੂਰਾ, ਬਾਬਾ ਰਾਮ ਸਿੰਘ ਪੂਰਾ, ਇਹ ਨਾਮ ਧਾਰੀਆਂ ਚ ਜਿਹੜੇ ਯੋਧੇ ਮਹਾਬਲ, ਇੱਕ ਆਸਣ ਤੇ ਬੈਠਣ ਵਾਲੇ, ਨਹੀਂ ਤਾਂ ਚਲੋ ਚਾਲ, ਚਲੋ ਚਾਲ ਹੋਈ ਹੋਈ ਹੈ। ਅੱਜ ਡੇਰੇ ਵਿੱਚ ਸਾਧੂ ਕੋਈ ਮਨ ਮਾਰ ਕੇ ਬੈਠਾ ਹੈ, ਇੱਕ ਦੀ ਗੱਲ, ਕੋਈ ਬੈਠਣਾ ਸੌਖਾ ਨਹੀਂ। ਸੂਰਾ ਬਣ ਕੇ ਬੈਠਣ ਚੰਗਾ, ਸੂਰਮਾ ਹੋਊ ਕੋਈ, ਚੱਲ ਚਿੱਤ ਜੋਗੀ ਆਸਣ ਤੇਰਾ, ਨਹੀਂ ਤਾਂ ਚਲੋ ਚਾਲ। ਅੱਛਾ, ਸਬਰ ਨਾਲ ਬੈਠ ਜਾ। ਬਾਬਾ ਫਰੀਦ ਜੀ ਨੂੰ ਸਵਾਲ ਕੀਤਾ ਗਿਆ, ਜਿਨ੍ਹਾਂ ਦੇ ਅੰਦਰ ਸਬਰ ਹੈ, ਸਬਰ ਸਮੂਰੀ ਸਾਧਕਾ ਸਰਬ ਤੋਸ਼ਾ ਮਾਲਕਾ ਦੀਦਾਰ ਪੂਰੇ ਪੈਸਾ ਭਉ ਨਹੀਂ ਖਾਏਗਾ। ਉਹ ਕਿੱਥੇ ਵਿਚਰਦੇ ਹਨ ਜਿਹੜੇ ਸਬਰ ਲਈ ਬੈਠੇ ਹਨ? ਹਿਰਦੇ 'ਚ ਗੰਢ ਬੱਝੀ ਹੋਈ ਹੈ, ਸਾਰੇ ਫਿਰ ਤੁਰ ਕੇ ਫਿਰ ਘਿਰ ਆਏ ਆਪਣੇ ਘਰ ਮਾਹੇ, ਚਾਰ ਕੁੰਟ ਦੈ ਦਿਸ ਬ੍ਰਹਮੇ, ਥੱਕ ਆਏ ਹੁਣ ਤਾਂ ਥੱਕ ਗਏ, ਬੈਠ ਜਾਓ। ਕੋਈ ਐਸਾ ਹੈ ਸੱਜਣ
ਜਿਹੜਾ ਸਾਰੇ ਪਾਸਿਆਂ ਤੋਂ ਜਿਸ ਤਰ੍ਹਾਂ ਇੱਕ ਕਛੂਵਤ ਬਿਰਤੀ ਹੈ ਉਹਨੂੰ ਲੁਕੋ ਕੇ ਸਭ ਅੰਗਾਂ ਨੂੰ ਪਾਥੀ ਜੀ ਦਾ ਹੀ ਰੂਪ ਬਣ ਜਾਂਦਾ ਹੈ ਅਤੇ ਇਹਦੇ ਤਾਂ ਅੰਗ ਹੱਥ ਪੈਰ ਹੀ ਨਹੀਂ ਕੋਈ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਜੀਭਾਂ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕਹਿ ਤੋਂ ਖਸਮ ਹੈ ਮਿਲਣਾ ਇੰਨੀ ਬਿਰਤੀ ਵੱਝ ਲੈਣੀ ਜੀਭਾਂ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਕਿਆ ਕਹਿਣਾ ਬਿਨ ਕੰਨੇ ਸੁਣਨਾ ਤੋ ਕੋਈ ਸਬਰ ਨਾਲ ਬੈਠਾ ਹੈ ਆਪਦੇ ਕਿਸੇ ਡੇਰੇ ਟਿਕਾਣੇ ਘਰ ਉਹਦੇ ਅੰਦਰ ਸਬਰ ਹੈ ਤਾਂ ਉਹ ਕਿੱਥੇ ਵਿਚਰਦੇ ਨੇ ਬਾਬਾ ਫਰੀਦ ਜੀ ਨੇ ਉੱਤਰ ਦਿੱਤਾ ਫਰੀਦਾ ਸਬਰ ਅੰਦਰ ਸਾਬਰੀ ਸਬਰ ਤਾਂ ਸੰਤੋਖ ਧਾਰਿਆ ਤਾਂ ਸੰਤੋਖੀ ਹੋ ਗਿਆ ਕਈ ਉਥਾਨਕਾਂ 'ਚ ਆ ਜਾਂਦਾ ਸਾਬਰੀ ਬਾਬਾ ਫਰੀਦ ਜੀ ਦਾ ਭਾਣਜਾ ਸੀ ਅਸੀਂ ਸਬਰ ਅੰਦਰ ਸਾਬਰੀ ਤਨ ਏਵੇ ਜਾਲੇਨ ਸਰੀਰ ਇੱਥੇ ਹੀ ਲਾਤਾ ਉਹਨਾਂ ਨੇ ਸਬਰ 'ਤੇ ਲਾ ਦਿੱਤਾ ਸਾਬਰੀ ਪੁਰਸ਼ ਨੇ ਮਨ ਮਾਰ ਕੇ ਮਨ ਮਾਰੇ ਬਿਨ ਭਗਤ ਨਾ ਹੋਏ ਜਦੋਂ ਕਲਪਣਾ ਹੀ ਕੋਈ ਨਹੀਂ ਵਿਕਲਪ ਹੋ ਗਿਆ ਅਵਸਥਾ ਹੀ ਐਸੀ ਬਣ ਗਈ ਕਿ ਜਾਣ ਨੂੰ ਕਿਧਰੇ ਦਿਲ ਨਹੀਂ ਕਰਦਾ ਹੈ ਕੀ ਉੱਠ ਕੇ ਕਰਾਂਗੇ ਘਰੋਂ ਚੱਲ ਕੇ ਕਿਸੇ ਦਾ ਕੁਝ ਸਵਾਰਾਂਗੇ ਵੀ ਸਿਮਰੂੰਗਾ ਕਿ ਸਾਡੇ ਹੱਥੋਂ ਤਾਂ ਚੱਲੀ ਨਹੀਂ ਤਾਂ ਮੌਜ ਨਾਲ ਸਬਰ ਕਰਕੇ ਬੈਠ ਜਾ ਬਹੁਤੇ ਤਾਰੂ ਡੁੱਬਦੇ ਹੁੰਦੇ ਨੇ ਬਾਬਾ ਪੂਰਨ ਦਾਸ ਜੀ ਨੇ ਇੱਕ ਦਫ਼ਾ ਮੈਂ ਕਈ ਬੜਾ ਤਾਰੂ ਆਪਣੇ ਆਪ ਨੂੰ ਕਹਾਵਾਂ ਯੁਵਾ ਅਵਸਥਾ 'ਚ ਭਾਖੜਾ ਨਿਕਲੀ ਸੀ ਬੜੇ ਬੜੇ ਪਸ਼ੂ ਕੱਢਣੇ ਉਦੋਂ ਗਿਰ ਜਾਂਦੇ ਬੜੇ ਲੰਘਦੇ ਪੁਲ ਤੱਕ ਚਲੇ ਗਏ ਇੱਕ ਸਾਨ ਲੋਟੇ ਨਾ ਵੀ ਮੈਂ ਇੱਕ ਪਾਰ ਖੜ ਕੇ ਕੰਨ ਲੱਤ 'ਤੇ ਖੜ ਗਿਆ ਵੈਸੇ ਹੀ ਪਰਖਣਾ ਦੀ ਗੱਲ ਕਰਨਾ ਹੇ ਬਾਬਾ ਪੂਰਨ ਦਾਸ ਉਹ ਝਾਲ 'ਚ ਆ ਗਿਆ ਉਹਦੀਆਂ ਤਿੰਨ ਟੱਕਰਾਂ ਪਈਆਂ ਆ ਕੇ ਸਿਰ ਲੱਗਿਆ ਉਹਦਾ ਉਹ ਲੋਹੇ ਦੇ ਤਖਤਿਆਂ ਨਾਲ ਮੈਂ ਅਰਦਾਸ ਕਰਦਾ ਖੜਾ ਬਾਬਾ ਜੀ ਇੰਨਿਆਂ ਨੂੰ ਬਚਾਉਂਦੇ ਹੋ ਇਹ ਭੁੱਲ ਕੇ ਹੀ ਗਿਰ ਗਿਆ ਸਹੀ ਇਹਨੂੰ ਬਚਾ ਲਓ ਚਲੋ ਉਹ ਅੱਗੇ ਰਮਾ ਹੋ ਕੇ ਚੱਲ ਜਦੋਂ ਝਾਲ ਵਿੱਚ ਰਿੜਕਿਆ ਗਿਆ ਸਿੱਧਾ ਹੋ ਕੇ ਚੱਲ ਪਿਆ ਉਹਨੂੰ ਅਸੀਂ ਇੱਕ ਪਾਸਿਓਂ ਕੱਢ ਲਿਆ ਜਾ ਕੇ ਨਹਿਰ ਤੋਂ ਸਬਰ ਕੋਈ ਇੱਕ ਦੋ ਫਰਲਾਂਗ 'ਤੇ ਜਾ ਕੱਢਿਆ ਮੁੜਦਿਆਂ ਨੂੰ ਮੈਨੂੰ ਬਾਬਾ ਜੀ ਅੰਤਰਜਾਮੀ ਕਿਉਂ ਨਾ ਆਖੀਏ ਕਹਿੰਦੇ ਕਿਉਂ ਦੇਖਿਆ ਤੈਂ ਸਾਨੂੰ ਯਾਦ ਕੀਤਾ ਅਸੀਂ ਉਹ ਢੱਠੇ ਨੂੰ ਬਚਾ ਦਿੱਤਾ ਅੱਗੇ ਵਾਸਤੇ ਨਾ ਇਹਨਾਂ ਮੇਰਾ ਪ੍ਰਤਿਆਵਾ ਲਿਆ ਕਰ ਨੰਬਰ ਦੋ ਕਹਿੰਦੇ ਇਹਨਾਂ ਤਰਿਆ ਬਿਨਾ ਕਰ
ਬਾਲੇ ਤਾਰੂ ਜਿਹੜੇ ਹੁੰਦੇ ਨੇ ਉਹ ਡੁੱਬ ਜਾਂਦੇ ਹੁੰਦੇ ਨੇ। ਮੈਂ ਕਿਹਾ ਅੱਜ ਤੋਂ ਮੈਂ ਸਬਰ ਕਰ ਲਿਆ, ਗੜਬਾ ਨਹਿਰ 'ਚੋਂ ਭਰ ਕੇ ਤਾਂ ਪਾ ਲਾਂਗੇ ਉੱਤੇ, ਪਰ ਅੱਜ ਤੋਂ ਗੋਤੇ ਨਹੀਂ ਮਾਰਨੇ। ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਬਰ ਹੈ, ਇਹਨੂੰ ਕਿਹਾ ਸਬਰ। ਫਰੀ ਦਾ ਸਬਰ ਅੰਦਰ ਸਾਬਰੀ ਤਨ ਏ ਦੈ ਜਾ ਲੈਨ ਹੋ ਨਨਜੀਕ ਖੁਦਾਏ ਦੇ। ਉਹ ਕਿੱਥੇ ਕੁ ਰਹਿੰਦੇ ਨੇ, ਉਹ ਤਾਂ ਭੇਦ ਨੀ ਕਿਸੇ ਨੂੰ ਕਦੇ ਦੱਸਦੇ, ਹੁੰਦੇ ਨੇ ਨਜ਼ਦੀਕ ਰੱਬ ਦੇ। ਭੇਦ ਨਾ ਕਿਸੇ ਨੂੰ ਦੱਸਦੇ, ਹੁੰਦੇ ਨੇ ਨਜ਼ਦੀਕ ਰੱਬ ਦੇ। ਭੇਦ ਨਾ ਕਿਸੇ ਨੂੰ ਕਦੇ ਦੱਸਦੇ, ਹੁਣ ਜੋ ਨਜੀਕ ਰੱਬ ਦੇ। ਭੇਦ ਨਾ ਕਿਸੇ ਨੂੰ ਦੱਸਦੇ, ਹੁੰਦੇ ਜੋ ਨਜੀਕ ਰੱਬ ਦੇ। ਪਿਆਰੇ ਜੀ ਹੁੰਦੇ ਜੋ ਨਜ਼ਦੀਕ ਰੱਬ ਦੇ, ਪਿਆਰੇ ਹੁੰਦੇ ਜੋ ਨਜ਼ਦੀਕ ਰੱਬ ਦੇ। ਪਿਆਰੇ ਜੀ ਹੁੰਦੇ ਨੇ ਨਜ਼ਦੀਕ ਰੱਬ ਦੇ, ਪਿਆਰਿਓ ਹੁੰਦੇ ਜੋ ਨਜ਼ਦੀਕ ਰੱਬ ਦੇ। ਸਤਿ ਸ਼੍ਰੀ ਅਕਾਲ।
ਤਾਂ ਫਿਰ ਨਾ ਕਿਸੇ ਨੂੰ ਦੱਸਦੇ ਹੁੰਦੇ ਜੋਨ ਜੀਤ ਰੱਖਦੇ ਤਾਂ ਫਿਰ ਨਾ ਕਿਸੇ ਨੂੰ ਕਦੇ ਦੱਸਦੇ ਹੁੰਦੇ ਜੋਨ ਜੀਤ ਰੱਖਦੇ ਫਰੀਦਾ ਸਬਰ ਅੰਦਰ ਸਾਹ ਤਨ ਏ ਵੈ ਜਨ ਹੁਣ ਨਜੀਤ ਖੁਦਾਇ ਤੋ ਇਹ ਅਮੋਲ ਵਸਤੂ ਹੈ ਅੰਦਰ ਸੰਭਾਲ ਕੇ ਰੱਖਣਾ ਤੇਰੀ ਰੱਬ ਮੇਰੇ ਕੁਦਰਤੀ ਵਿਚਾਰ ਤਾਂ ਕੁਛ ਔਰ ਥਾ ਲੈ ਗਿਆ ਕਿਧਰੇ ਹੀ ਆਪਣੇ ਆਪ ਸਵਾਰਨ ਦੀ ਗੱਲ ਆਪ ਸਵਾਰੇ ਜਿਨ੍ਹਾਂ ਦੇ ਪਾਸ ਜੀਵਨ ਹੈ ਉਹਦਾ ਜਾਗ ਲਗਾਇਆ ਹੋਇਆ ਪਤਾ ਨਹੀਂ ਉੱਥੋਂ ਗੁਰਬਾਣੀ ਦਾ ਪ੍ਰਮਾਣ ਮੈਂ ਦੇ ਰਿਹਾ ਹਰ ਇੱਕ ਸਾਹਤ ਆਇਆ ਬਰਸਾਣੇ ਬਹੁਤ ਤੇਰੇ ਬਰਸਾਣੇ ਸੋਕਾ ਲੱਗਿਆ ਹੋਵੇ ਜਿੱਥੇ ਬਰਸ ਜਾਏ ਇੱਕ ਫਕੀਰ ਦੇ ਹੱਥ ਖਜ਼ਾਨਾ ਆਇਆ ਮੈਂ ਤਾਂ ਐਡੀਆਂ ਦਾਤਾਂ ਦਾ ਦਾਤਾ ਜਸ ਕਰੀ ਜਾਈਦਾ ਵਾਹ ਗੱਦੀਆਂ ਦਿਆ ਮਾਲਕਾ ਬਾਬਾ ਸ੍ਰੀ ਚੰਦ ਆ ਬਖਸ਼ਿਆ ਹੋਇਆ ਧੰਨ ਬਾਬਾ ਵੀਰ ਮਦਾਸ ਸ਼ੁਕਰ ਗੁਜ਼ਾਰਦੇ ਹਾਂ ਉਸ ਫਕੀਰ ਦਾ ਜਿਸ ਦੇ ਅਸਥਾਨ ਤੇ ਜਗ੍ਹਾ ਤੇ ਬਖਸ਼ੀ ਹੋਈ ਧਰਤੀ ਵਿੱਚ ਮੇਰੇ ਵਰਗੇ ਗਰੀਬ ਨੂੰ ਵੀ ਥਾਂ ਮਿਲ ਗਿਆ ਹੈ ਲੜ ਲਾ ਲਏ ਉਸ ਫਕੀਰ ਦੀ ਉਸਤਤ ਇੱਕ ਦਫਾ ਜੇ ਕੋਈ ਕਰਦੇ ਆ ਮੈਂ ਹਰ ਇੱਕ ਸਾਥ ਆਇਆ ਇੱਕ ਦੇ ਕੋਲ ਖਜ਼ਾਨਾ ਆ ਜਾਵੇ ਉੱਥੋਂ ਆਪ ਸੁਣਦੇ ਰਹਿੰਦੇ ਹੋ 321 ਸਾਲ ਦੇ ਅੰਦਰ ਬਾਬਾ ਜੀ ਨੇ ਪਹਿਲੀ ਬਖਸ਼ਿਸ਼ 80 ਆਲਾ ਰਾਏ ਜੀ ਤੋਂ ਸ਼ੁਰੂ ਕਰ ਦਿੱਤੀਆਂ ਇਹ ਵਰਤਾਉਣੀਆਂ ਬਖਸ਼ਿਸ਼ਾਂ ਆਲੇ ਨੂੰ ਭਗੌੜਾ ਸੀ ਸੁਨਾਮ ਦੇ ਕਿਲੇ ਚੋਂ ਭੱਜਿਆ ਭਗੌੜੇ ਕੀ ਕਰਦੇ ਹੁੰਦੇ ਨੇ ਨਾਲ ਟੋਲਾ ਵੀ ਲੈ ਲਿਆ ਭਗੌੜੇ ਹੋ ਗਏ ਤੇ ਉਹਨਾਂ ਨੇ ਸੁਨਾਮ ਤੋਂ ਚੱਲ ਕੇ ਟਿਕਾਣਾ ਚੱਲਦੇ ਚੱਲਦੇ ਇਸ ਧਰਤੀ ਵਿੱਚ ਪੱਟੀ ਪਿੰਡ ਇੱਕ ਕਿਨਾਰੇ 'ਤੇ ਨਦੀ ਦੇ ਪੱਤੀ ਦੇ ਬੜੇ ਅਰਥ ਕਰਦੇ ਆ ਵੈਸੇ ਪੱਤੀ ਆਲਾ
ਪਤੀ ਦਾ ਅਰਥ ਵੀ ਕਰਦੇ ਹਾਂ ਪਟਿਆਲਾ। ਚਲੋ ਪਹਿਲੀ ਬਖਸ਼ਿਸ਼ ਬਾਬਾ ਅਲਫ ਆਲਾ ਤੋਂ ਸ਼ੁਰੂ ਹੋਈ, ਕਿਸੇ ਮਹਾਂਪੁਰਸ਼ ਦੀ ਜੀਵਨ ਦੀ ਗਾਥ ਹੁੰਦੀ ਹੈ। ਉਹਨਾਂ ਸੰਤਾਂ 'ਚੋਂ ਸਿੱਖ ਸੰਤਾਂ ਪਤਾ ਨਹੀਂ ਕਿਤਨੇ ਉੱਥੋਂ ਭਰੋਸਾ ਗਏ। ਨਾਮ ਧਨ ਦਾ ਖਜ਼ਾਨਾ ਜਿਨ੍ਹਾਂ ਦੇ ਹੱਥ ਆ ਗਿਆ, ਲੱਖਾਂ ਹੀ ਭਰੋਸਾਉਂਦੇ ਉਹਨਾਂ ਤੋਂ, ਇੱਕ ਨਹੀਂ ਦੋ ਨਹੀਂ। ਮੈਂ ਇੱਕ ਮਿਸਾਲ ਜੀ, ਇੱਕ ਨਹੀਂ ਦਿੱਤੀ ਦੋ ਨਹੀਂ, ਉਹ ਤਾਂ ਆਪਦੇ ਰੰਗ ਵਿੱਚ ਹੀ ਰੰਗ ਲੈਂਦੇ ਹਨ। ਤਾਂ ਫਕੀਰ ਦੀ ਤਾਕਤ ਹੈ ਰੱਬੀ ਖੁਦਾਈ, ਅਸੂਲ ਸਰੀਰ ਦਾ ਬਲ, ਦਿਮਾਗੀ ਬਲ, ਤੀਸਰਾ ਰੱਬੀ ਦੌਲਤ ਜਿਸ ਨੂੰ ਰੱਬੀ ਤਾਕਤ, ਅਧਿਆਤਮਿਕ ਤਾਕਤ, ਰੂਹਾਨੀ ਤਾਕਤ, ਰੂਹ ਦੀ ਤਾਕਤ, ਰੱਬੀ ਤਾਕਤ ਦਾ ਖਜ਼ਾਨਾ ਤੀਸਰਾ ਹੈ। ਜਿੱਥੇ ਇੱਕ ਨਜ਼ਰ ਦੇ ਵਿੱਚ ਹੀ ਜੀਵਨ ਦਾ ਪਲਟਾ ਲਿਆ ਦੇਣ। ਮੈਂ ਜੀਵਨ ਲਿਖਿਆ ਇੱਕ ਮਹਾਰਾਜ ਦਾ ਥੋੜ੍ਹਾ ਥੋੜ੍ਹਾ, ਉਹ ਮੈਨੂੰ ਬਹੁਤ ਭਾਲਦੇ ਰਹਿੰਦੇ ਨੇ। ਵੈਸੇ ਸੰਤ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੇ ਤਿੰਨ ਥਾਂ ਛੀਨੀਆਲ ਤੋਂ ਵੀ ਪੰਚਾਇਤਾਂ ਆਉਂਦੀਆਂ ਰਹਿੰਦੀਆਂ ਨੇ, ਦੇੜਕਿਆਂ ਤੋਂ ਵੀ ਨਾਲ ਉਹਨਾਂ ਨੇ ਗੁਰਸਥਾਨ ਬਣਵਾਇਆ ਸੀ। ਮੈਂ ਦੀ ਆਣਾ ਪੰਜ ਪੀਰ ਜਿੱਥੋਂ ਬਖਸ਼ਿਸ਼ ਕੀਤੀ ਸੀ, ਤੀਸਰਾ ਰਾਮਗੜ੍ਹ ਸੰਤ ਬਾਬਾ ਜੀ ਸ਼ਮਸ਼ੇਰ ਸਿੰਘ ਗੁੜਿਆਂ ਵਾਲੇ। ਕਈ ਦਫ਼ਾ ਮੈਨੂੰ ਕਹਿਣਾ, ਉਹ ਬਾਪੂ ਬਾਪੂ ਮੰਨ ਜਾ, ਮੈਂ ਉਹਨਾਂ ਨੂੰ ਬਾਪੂ ਕਹਿਣਾ, ਉਹਨਾਂ ਨੇ ਮੈਨੂੰ ਕਹਿਣਾ, ਕੱਲ੍ਹ ਦਾ ਬੱਚਾ ਹੋਣ। ਕਈ ਸਵਾਲ ਉਹਨਾਂ ਦੇ ਹੱਲ ਕੀਤੇ, ਉਹ ਕਿਸੇ ਸਾਧੂ ਨੂੰ ਮੰਨਦੇ ਨਹੀਂ ਸੀ, ਨਹੀਂ ਤਬ ਤੇ ਕੋ ਆਂਖ ਤਰੇ ਨਹੀਂ ਆਨ ਪਾਏ ਗਏ ਜਬ ਤੇ ਤੁਮਰੇ, ਉਹ ਮੰਨਦੇ ਨਹੀਂ ਸੀ। ਤੋ ਮੇਰੇ ਬਾਪੂ ਦਾ ਤਾਂ ਥਾਂ ਬਣਵਾ ਦੇ, ਭਾਵ ਰਾਮਗੜ੍ਹ ਜਗਰਾਵਾਂ ਨੇੜੇ ਸਫ਼ਰ ਨਮੈਨਾ ਵਿੱਚ ਫੌਜੀ ਨਿਤਨੇਮ ਗੁਰਬਾਣੀ ਪੜ੍ਹਦੇ ਰਾਮ ਰੰਗਣ ਵਿੱਚ ਮੌਜੀ। ਇਹ ਮੈਂ ਉਹਨਾਂ ਦਾ ਜੀਵਨ 'ਚ ਕੁਛ ਆਪਦੇ ਵੱਲੋਂ ਲਿਖੀਆਂ ਨੇ ਕਾਵਿ ਵਿੱਚ ਵਸਤੂਆਂ, ਕੋਈ ਗੱਲ ਨਹੀਂ। ਚਲੋ ਉਹਨਾਂ ਨੂੰ ਸ਼ੌਕ ਜਾਗਿਆ ਸੀ, ਫਕੀਰ ਪਲਟਾ ਦੇ ਦਿੰਦਾ ਜੀਵਨ ਵਿੱਚ, ਮੈਂ ਇੱਥੇ ਬੋਲ ਦੂੰ। ਆਪਣਾ ਆਪ ਸਵਾਰਨਾ ਕਿਵੇਂ, ਸਬਰ ਦੀ ਗੱਲ ਦੂਜੀ ਕੀਤੀ ਹੈ ਮੈਂ, ਤੀਸਰਾ ਫਕੀਰ ਜਿਹਦੇ ਰੱਬ ਨਾਲ ਰਹਿੰਦਾ ਹੋਵੇ ਤਾਂ ਉਹਨਾਂ ਸਤਿਪੁਰਸ਼ਾਂ ਦੀ ਮੈਂ ਅਮੋਲ ਵਸਤੂ ਕੁਛ ਜੀਵਨ 'ਚੋਂ ਕਿਣਕਾ ਹੀ ਬੜਾ। ਸਾਰਾ ਜੀਵਨ ਮਹਾਂਪੁਰਸ਼ਾਂ ਦਾ ਜੀਵਨ ਲਿਖਣਾ ਰੱਬ ਦਾ ਜੀਵਨ ਹੈ, ਲਿਖ ਨਹੀਂ ਸਕਦੇ। ਆਗਮ ਆਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਆਗਮ ਆਗਾਧ ਪੁਰਖ ਸੰਤ ਮਹਾਰਾਜ ਦੇ ਜੀਵਨ ਦੀ ਹੈਡਿੰਗ ਹੈ ਇੱਕ,
ਅਗਮ ਅਗਾਧ ਪੁਰਖ ਕੌਣ ਹੋਏ? ਸੰਤ ਆਤਰ ਸਿੰਘ ਜੀ ਗੁਰਸਾਗਰ ਮਸਤੂਆਣਾ ਸਾਹਿਬ ਨੂੰ ਲਿਖਿਆ ਗਿਆ ਹੈ, ਅਗਮ ਅਗਾਧ ਪੁਰਖ। ਤਾਂ ਐਸੇ ਮਹਾਂਪੁਰਸ਼ ਹੋਰ ਚਲੋ ਆਓ, ਅੰਮ੍ਰਿਤ ਬਾਣੀ ਦਾ ਰਸ ਉਹਨਾਂ ਦੇ ਜੀਵਨ 'ਚ ਸਿਰਫ ਹਾਂ 31ਵੇਂ ਸਾਲ ਫਿਰੋ ਜਾਂ 9ਵੇਂ ਨਾ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਂਗ ਰਜਿਸਟਰ 'ਚ ਰਿਹਾ, ਉਹਨਾਂ ਦਾ ਵੀ ਨਾਮ ਨਹੀਂ ਰਿਹਾ ਸੀ। ਛੱਡ ਕੇ ਸਰਵਿਸ 40 ਸਿੰਘ ਜਿਵੇਂ ਆ ਫੌਜੀ ਸਿੰਘ ਆਪਣੇ ਮਹੰਤ ਜੀਆਂ ਨਾਲ ਹੋਰ ਆਏ, ਇੱਥੇ ਬੜੇ ਇਕੱਠੇ ਹੋਏ 40 ਫੌਜੀ ਸਿੰਘਾਂ ਨੇ ਆ ਕੇ ਸੰਤਾਂ ਦਾ ਬਾਣਾ ਪਹਿਨਿਆ ਕਿ ਸੰਤ ਮਗਰ ਸਿੰਘ ਜੀ ਤੁਹਾਡਾ ਵਿਛੋੜਾ ਅਸੀਂ ਝੱਲ ਨਹੀਂ ਸਕਦੇ, ਅਸੀਂ ਵੀ ਸਾਧੂਏ ਬਣ ਜਾਣਾ ਨਾਲ ਹੀ ਤੁਹਾਡੇ। ਉੱਥੇ ਕਮਾਲ ਦੀ ਗੱਲ ਸੀ, ਇੱਕ ਪੀਰ ਦੇ ਪਤੀ ਲੱਖਾਂ ਪੀਰ ਬਣ ਗਏ, ਇੱਕ ਪੀਰ ਦੇ ਮਰੀਦ ਲੱਖਾਂ ਪੀਰ ਬਣ ਗਏ, ਇੱਕ ਪੀਰ ਦੇ ਮਰੀ ਲੱਖਾਂ ਪੀਰ ਬਣ ਗਏ, ਇੱਕ ਪੀਰ ਦੇ ਮਰੀਦ ਲੱਖਾਂ ਪੀਰ ਬਣ ਗਏ, ਇੱਕ ਇੱਕ ਪੀਰ ਦੇ ਮਰੀਦ ਪੀਰ ਦੇ ਮਰੀਦ, ਇੱਕ ਪੀਰ ਦੇ ਮਰੀਦ ਪੀਰ ਦੇ ਮਰੀਦ, ਇੱਕ ਪੀਰ ਦੇ ਮਰੀ ਲੱਖਾਂ ਪੀਰ ਬਣ ਗਏ, ਇੱਕ ਪੀਰ ਦੇ ਮਰੀਦ ਲੱਖਾਂ ਪੀਰ ਬਣ ਗਏ ਜੀ, ਇੱਕ ਹ
ਹਰ ਇੱਕ ਇੱਕ ਸੱਥ ਆਇਆ ਬਰਸਾਣੇ ਬਹੁਤ ਤੇਰੇ ਲੱਖਾਂ ਹੀ ਇੱਕ ਪਿੱਛੇ ਲੱਖ ਤਰਨ ਦੇ ਗੁਰਮੁਖ ਕੋਟ ਉਧਾਰ ਦਾ ਹੁਣ ਲੱਖ ਦੀ ਬਜਾਏ ਕਰੋੜਾਂ ਤੇ ਚਲਿਆ ਗਿਆ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਮਹਾਰਾਜਾ ਜਨਕ ਗੁਰਮੁਖ ਸੀ ਬ੍ਰਹਮ ਗਿਆਨੀ ਸੀ 18 ਨਰਕਾਂ ਦੇ ਵਿੱਚ 96 ਕਰੋੜ ਜੀਵ ਸਨ ਜਿਨ੍ਹਾਂ ਦਾ ਨਰਕ ਚੋਂ ਛੁਟਕਾਰਾ ਕਰਾ ਕੇ ਦੁਬਾਰੇ ਮਾਨਸ ਜਨਮ ਦਵਾ ਦਿੱਤਾ ਸੀ ਇੱਕ ਦਿਨੀ ਗੱਲ ਉੱਥੇ ਵੀ ਦੋ ਨੂੰ ਛੁਡਾ ਲਿਆ 100 ਨੂੰ ਜਾਂ 1000 ਨੂੰ ਕਰੋੜਾਂ ਦਾ ਉਧਾਰ ਕਰ ਦਿੰਦਾ ਗੁਰਮੁਖ ਗੁਰੂ ਪਹਿਲਾ ਅਰਥ ਹੀ ਗੁਰੂ ਹੈ ਗੁਰਮੁਖ ਦਾ ਦੂਸਰਾ ਗੁਰੂ ਵਰਗਾ ਹੀ ਚੇਤਨ ਕਰਦਾ ਕਰਦਾ ਦੂਸਰਾ ਗੁਰੂ ਦਾ ਸਰੂਪ ਗੁਰੂ ਵਰਗਾ ਮੁੱਖ ਹੋ ਜਾਵੇ ਜਿਸ ਦਾ ਕਿ ਸਿੱਖ ਬੋਲਦਾ ਹੈ ਕਿ ਗੁਰੂ ਬੋਲਦਾ ਹੈ ਤੀਸਰਾ ਗੁਰਾਂ ਵੱਲ ਮੁੱਖ ਰੱਖਣਾ ਗੁਰਮੁਖ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਪਰਖਣ ਲੱਗੇ ਸੀ ਮਹਾਰਾਜਾ ਜਨਕ ਹੈ ਪੂਰਾ ਸੁਖਦੇਵ ਮੁਨੀ ਜੀ ਪਰਖਣ ਆਏ ਸਨ ਤੋ ਮੈਂ ਇੱਕ ਮਹਾਂਪੁਰਸ਼ ਦੇ ਪ੍ਰਤਾਪ ਨੂੰ ਤੀਸਰਾ ਮੇਰਾ ਪੁਆਇੰਟ ਪਹਿਲੀ ਮੈਂ ਗੱਲ ਆਪ ਸਵਾਰੇ ਉਹ ਤਾਂ ਬਹੁਤ ਛੇਤੀ ਦੇ 2 ਮਿੰਟ 'ਚ ਫੈਸਲਾ ਕਰਤਾ ਮੈਂ 3-4-5 ਮਿੰਟ ਲੱਗੇ ਨੇ ਸਬਰ ਨੂੰ ਵੀ ਸਬਰ ਨਾਲ ਘੁੱਟੇ ਬੜੀ ਹੈ ਬਸ ਇੱਥੇ ਬੈਠਾ ਰਹਿ ਹੜ ਹੜ ਕਰਦਾ ਨਾ ਭੱਜਿਆ ਨੱਠਿਆ ਨਾ ਫਿਰੀ ਜਾਓ ਇੱਕ ਆਦ ਟਿਕੂ ਤੇ ਹੀ ਇਹਨੂੰ ਟਿਕਾਉਣ ਵਾਲਾ ਕੋਈ ਹੈ ਕੋਈ ਪੂਰਨ ਮਹਾਂਪੁਰਖ ਹੈ ਤੋ ਗੱਲ ਮੈਂ ਮਹਾਰਾਜ ਸੰਤ ਮਹਾਰਾਜ ਦੀ ਔਰ ਦਾਦਾ ਗੁਰਦੇਵ ਬਖਸ਼ਿਸ਼ਾਂ ਸ਼੍ਰੀ ਦਾਤੇ ਜਿਨ੍ਹਾਂ ਦੇ ਜਸ ਗੁਣ ਉਪਮਾ ਵਡਿਆਈਆਂ ਕਰਦੇ ਮੈਨੂੰ ਇੱਕ ਦਫ਼ਾ ਮੈਂ ਵਿਚਾਲੇ ਬੋਲਦਾ ਔਰ ਹੈ ਉਹਨਾਂ ਦੀ ਆਪਦੀ ਕੁਟੀਆ 'ਚ ਬੈਠੇ ਹਾਂ ਤੋ ਸੰਤ ਬਾਬਾ ਜੀ ਦਾ ਮੈਂ ਪਹਿਲਾਂ ਨਾਂ ਲੈ ਚੁੱਕਿਆ ਬਾਬੇ ਗੁੜਿਆਂ ਵਾਲਿਆਂ ਦਾ ਉਹ ਮੈਨੂੰ ਇੱਕ ਕਹਿੰਦੇ ਇੱਕ ਗੱਲ ਦੱਸ ਕਦੇ ਮੈਨੂੰ ਕੁਛ ਕਹੀ ਜਾਂਦੇ ਹੁੰਦੇ ਕਦੇ ਤੂੰ ਤਾਂ ਸ਼ਿਵਜੀ ਹੈ ਤੂੰ ਤਾਂ ਰਾਮ ਰਹਿ ਤੂੰ ਤਾਂ ਫਲਾ ਅਤੋ ਅਜਮਤਾ ਫਲਾਣਾ ਤੇ ਐਸੇ ਤੂੰ ਤਾਂ ਜਟਾ ਜੂਟਾ ਯੇ ਵੋ ਮੈਨੂੰ ਕਹੀ ਜਾਂਦੇ ਹੁੰਦੇ ਕੁਛ ਨਾ ਕੁਛ ਇੱਕ ਨਹੀਂ ਦੋ ਨਹੀਂ ਨਗ ਗੱਲ ਦੱਸੋ ਮੈਨੂੰ ਇੱਕ ਗੱਲ ਦੱਸ ਮੇਰਾ ਬਾਪੂ ਬਾਪੂ ਕਿਹਨੂੰ ਕਹਿੰਦੇ ਸੀ ਸੰਤ ਮਹਾਰਾਜ ਮੱਘਰ ਸਿੰਘ ਜੀਆਂ ਨੂੰ ਉਹ ਭੇਟਾ ਹੋਏ ਹੋਏ ਸੀ ਮੇਰਾ ਬਾਪੂ ਜਦੋਂ ਇਹ ਧਰਤੀ 'ਚ ਇੱਥੇ ਆਇਆ ਬਾਬਾ ਬੀਰ ਅਮਦਾਸ ਦੇ ਦਰਸ਼ਨ ਕਰਨ ਕੋਈ ਚੱਲ ਕੇ ਯਾਦ ਹੈ ਤੁਹਾਡੇ ਯਾਦ ਹੈ ਜ਼ਰੂਰ ਨਾਲੇ ਫਿਰ ਕਹਿਤਾ ਉਲਟਾ ਤੇ ਕਿਵੇਂ ਮਿਲੇ ਸੀ ਮੈਂ ਹੁਣ ਮੈਂ ਕਿਹੜਾ ਕੋਲ ਸੀ ਹੱਸਣ ਲੱਗ ਗਏ ਬਾਬਾ ਕਿੱਡਾ ਵੱਡਾ ਸਵਾਲ ਕਰ ਦਿੱਤਾ ਕਹਿੰਦਾ ਮੇਰਾ ਹਰ ਇੱਕ ਸਵਾਲ
ਨਾ ਕੋਈ ਹੱਲ ਕਰਨ ਵਾਲਾ ਹੈ, ਨਾ ਦਿਖਦਾ ਹੀ ਹੈ ਮੈਨੂੰ ਕੋਈ। ਮੈਂ ਕਿਹਾ ਦੱਸੋ ਇੱਥੇ ਕਿ ਇਤਨੇ ਨੂੰ ਸੈਕਟਰੀ ਰਿਪਦਮਨ ਸਿੰਘ, ਬਰਿਆਮ ਸਿੰਘ, ਹੋਰ ਦੋ ਤਿੰਨ ਰੋੜੇਵਾਲ ਦੇ ਸਰੀਰ ਸਾਡੇ ਪ੍ਰਬੰਧਕ ਸੇਵਕ ਆ ਗਏ। ਆ ਸਵਾਲ ਦਾ ਜਿਸ ਵਕਤ ਉਹਨਾਂ ਨੇ ਸਵਾਲ ਮੇਰੇ 'ਤੇ ਕੀਤਾ, ਪਿਆਰ ਨਾਲ ਕੀਤਾ, ਕੋਈ ਇਮਤਿਹਾਨ ਨਹੀਂ ਸੀ, ਕੋਈ ਪਿਆਰ ਦੀ ਗੱਲ ਸੀ। ਤਾਂ ਮੇਰੇ ਅੰਦਰ ਕੀ ਹੈ ਆਵਾਜ਼ ਆਈ, ਮਗਰ ਸਰਹੰਦ ਤੋਂ ਛਾਉਣੀ ਕਿੱਥੇ ਹੈ? ਰੁੜਕੀ। ਉੱਥੋਂ ਚੱਲ ਕੇ ਰੇਲਵੇ ਚੜ੍ਹ ਕੇ ਸਰਹੰਦ ਉੱਤਰ ਕੇ ਪੈਦਲ ਆਏ ਨੇ। ਮੈਂ ਪੁੱਛਿਆ ਦੇ ਰਿਹਾ, ਲਿਆਉਣ ਦੱਸੋ, ਪੁੱਛਿਆ ਵਾਲੀ ਇਹ ਗੱਲ ਹੈ। ਅਕੀਨ ਐਡੇ ਬ੍ਰਹਮ ਗਿਆਨੀ ਨੂੰ ਕੌਣ ਕਰਾਵੇ ਜਿਹਦਾ ਦਿਨ ਰਾਤ ਇੱਕ ਕੀਤਾ ਹੋਇਆ ਸੀ? ਕਿਹਦਾ? ਸੰਤ ਮਹਾਰਾਜ ਸੰਤ ਸ਼ਮਸ਼ੇਰ ਸਿੰਘ ਗੁੜਿਆਂ ਵਾਲਿਆਂ ਦਾ। ਦਿਨ ਰਾਤ ਬਸ ਕਿਆ ਆਨੰਦ ਸੀ। ਤੋ ਮੈਂ ਕਿਹਾ ਡਰ ਵੀ ਉਹਨਾਂ ਨੂੰ ਬੜਾ ਵੀ ਸੰਤ, ਮੈਂ ਸੁਣ ਕੇ ਵੀ ਆਇਆ, ਕਥਾ ਸੁਣੀ ਹੈ, ਕਥਾ ਸੁਣੀ ਹੈ, ਉਹਨਾਂ ਸੰਤਾਂ ਵਾਸਤੇ ਬੋਲਦਾ ਮੈਂ। ਝਿੜਕਾਂ ਦੇ ਬਣ ਲੰਮੀਆਂ ਰੋਈਆਂ ਬਿਰਸ਼ਾਂ ਵਾਲੇ ਨੇ, ਕਥਾ ਸੁਣੀਆਂ ਝਿੜਕਾਂ ਦੇ ਬਣ ਮੀਂਹ ਬਰਸਾਵਣ ਬਾਂਸਾਂ ਵਾਲੇ। ਉੱਥੇ ਤਾਂ ਬਾਂਸ ਖੜਕਦਾ ਜਿਹੜਾ ਲਵੇ ਆ ਜਾਂਦਾ ਹੈ, ਮੇਰੇ ਕਿਤੇ ਬਾਂਸ ਨਾ ਮਾਰਨ ਚੱਕ, ਕਿਉਂਕਿ ਕੁਛ ਹੋਊ ਅੰਦਰ। ਖੁਦ ਰਾਜੇ ਜੰਮੂ ਵਾਲੇ ਦੇ ਮਨ ਵਿੱਚ ਵੀ ਸੀ, ਮਹਾਰਾਜ ਪਟਿਆਲਾ ਨੂੰ ਬੁਲਾਉਂਦੇ ਨੇ, ਤਾਰ ਕੀਤੀ, ਸੰਤ ਹੈ ਉੱਥੇ ਫਲਾਣੇ ਐਸੇ, ਕਹਿੰਦੇ ਹੈਗੇ, ਮਿਲਾ ਸਕਦੇ ਹੋ? ਮੇਰੀ ਨਹੀਂ ਗਤੀ ਉੱਥੇ ਪਹੁੰਚਣ ਦੀ, ਮੇਰੀ ਗਤੀ ਨਹੀਂ। ਉਹ ਖੜਿਆਂ ਨੂੰ ਭਸਮ ਕਰਨ ਵਾਲੇ ਨੇ, ਮੈਂ ਹਾਮੀ ਨਹੀਂ ਭਰਦਾ, ਰਸਤਾ ਬਣਾ ਦਿੰਦਾ, ਆਰਮੀ ਲਾ ਦਿੰਦਾ, ਫੌਜ ਔਰ ਪਹਿਰੇਦਾਰ ਸਿਕਿਉਰਿਟੀ ਲਾ ਦਿੰਦਾ, ਤੁਹਾਨੂੰ ਜੀ ਆਇਆ ਕਹਿਣ ਵਾਲੇ ਚਲੇ ਜਾਣਗੇ, ਪਰ ਮੈਂ ਮਿਲਾ ਨਹੀਂ ਸਕਦਾ। ਇਹ ਤਾਂ ਕਰਮ ਮਿਲਾ ਬਣਹਾਰ, ਜਿਨ ਸਖੀਏ ਪਰ ਪਾਇਆ ਹੋ ਤਿਨ ਕਹਿ ਸਦ ਬੁਨਿਹਾਰ। ਤੁਸੀਂ ਅੰਦਰ ਬਣਾਓ, ਆਪਦਾ ਸ਼ੁੱਧ ਕਰੋ। ਤੋ ਉਤਰੇ ਚੁੰਮਦੇ ਨੇ, ਬਾਣੀ ਵੀ ਬੜੀ ਪੜ੍ਹਦੇ ਨੇ ਪੈਦਲ। ਜਦੋਂ ਬਾਬਾ ਜੀ ਦੇ ਕਹਿੰਦੇ ਉਹ ਬੈਠੇ ਨੇ, ਇੱਕ ਸੱਜਣ ਨੇ ਕਹਿ ਦਿੱਤਾ ਬਾਬਾ ਜੀ ਪਾਸ ਆਏ, ਅਲਫ ਦਿਗੰਬਰ ਹੈਨ ਦਿਗੰਬਰ ਨਾ ਰਚਨ ਅਡੰਬਰ, ਮੈਂ ਵਸਤੂ ਇਹ ਜੋ ਲਿਖੀ ਹੈ ਇਹ ਮੇਰੇ ਵੱਲੋਂ, ਹੈਨ ਦਿਗੰਬਰ ਨਾ ਰਚਨ ਅਡੰਬਰ, ਲੰਮੀਆਂ ਰੋਈਆਂ ਬਿਰਸ਼ਾਂ ਵਾਲੇ, ਕਥਾ ਸੁਣੀਆਂ ਝਿੜਕਾਂ ਦੇ ਬਣ ਮੀਂਹ ਬਰਸਾਵਣ ਬਾਂਸਾਂ ਵਾਲੇ। ਫਿਰ ਆਨੰਦ, ਮੈਂ ਚਾਹੁੰਦਾ ਮੇਰੇ ਅੰਦਰ ਇੱਕ ਥਾਂ, ਉਹਨਾਂ ਦੇ ਅੰਦਰ ਕੀ ਜਗ੍ਹਾ ਸੀ? ਇੱਕ ਪੰਗਤੀ ਹੈ ਉਹਦੀ ਕੀਰਤਨ ਸੋਹਲੇ ਵਿੱਚ ਵੀ, ਹਾਂ
ਗੁਰਸਾਖੀ ਜੋਤ ਪ੍ਰਗਟ ਹੋਈ। ਹੈ ਕੋਈ ਉਪਾਸ਼ਕ? ਆਪ ਸੰਗਤਾਂ ਨੇ ਹੈ ਤਾਂ ਸਾਰੇ ਹੀ ਉਪਾਸ਼ਕ। ਮੈਂ ਕਹਿੰਦਾ ਸਾਰੇ ਹੀ ਉਹ ਨਹੀਂ ਆ, ਪਿੱਛੇ ਤਾਂ ਸਭ ਤੋਂ ਕਿਆ ਝਿੜਕੇ ਨੇ ਕਈ ਰਾਜੇ ਰਾਣੇ ਚੌਧਰ ਲੰਬੜ ਔਰ ਸਿਆਣੇ ਪੰਡਿਤ ਪਾਧੇ ਮੌਲ ਮੌਲਾਣੇ ਪੰਡਿਤ ਪਾਧੇ ਔਰ ਮੌਲਾਣੇ ਇੱਕ ਨਹੀਂ ਉੱਥੇ ਝਿੜਕਿਆ ਉਹਨਾਂ ਨੇ। ਫਿਰ ਜਾਈਏ ਕਿਵੇਂ? ਪਰ ਇੱਕ ਗੱਲ ਜ਼ਰੂਰ ਹੈ, ਇੱਕ ਵੇਰ ਫੁੱਟਲਾਈ ਮੈਂ ਉਹਨਾਂ ਵਿੱਚੋਂ ਤਕਰੀਬਨ ਇੱਕ ਵੇਰ ਜੇ ਤੁਸੀਂ ਦਰਸ਼ਨ ਕਰ ਲਏ ਮੁੜ ਨਹੀਂ ਆਉਣਾ ਛਾਉਣੀ ਵਾਸ। ਆ ਸਾਡੇ ਵਿੱਚ ਫਿਰ ਨਹੀਂ ਆ ਕੇ ਪਰੇਡ ਕਰਦੇ, ਫਿਰ ਨਹੀਂ ਪੁਲ ਬਣਾਉਣੇ। ਇੱਕ ਵੇਰ ਜੇ ਤੁਸੀਂ ਦਰਸ਼ਨ ਕਰ ਲਏ ਮੁੜ ਨਹੀਂ ਆਉਣਾ ਛਾਉਣੀ ਵਾਸ। ਮਨ ਚਾਹੂਗਾ ਕਰਾਂ ਤਪੱਸਿਆ, ਲੱਗ ਜਾਊ ਸਮਾਧੀ ਸੰਤਾਂ ਪਾਸ। ਉਹਨਾਂ ਚ ਗੁਣ ਇੱਕ ਜੋ ਸ਼ਰਣਾ ਵੈ ਤਿਸ ਕੰਠ ਲਾਵੈ। ਗਲੇ ਵੀ ਕਿਹਨੂੰ ਲਾਉਂਦੇ ਨੇ? ਕਿਹਨੂੰ ਲਾਉਂਦੇ ਨੇ? ਜਿਹੜਾ ਆ ਜਾਂਦਾ ਬਸ ਉਹ ਬਾਬਾ ਵੀਰ ਮਦਾਸ ਦਾ ਹੀ ਬਣ ਜਾਂਦਾ, ਵੀ ਇੱਥੇ ਮੇਰੀ ਵੀ ਛੰਪਰੀ ਪਾ ਦਿਓ, ਛੰਨ ਪਾ। ਭੇਖਾਂ ਦੀ ਗੱਲ ਨਹੀਂ ਉੱਥੇ, ਇਹ ਬਾਬਾ ਜੀ ਵਾਲੇ ਕੋਈ ਬੈਰਾਗੀ ਹੈ, ਕੋਈ ਸੰਨਿਆਸੀ ਹੈ, ਕੋਈ ਤਿਆਗੀ ਹੈ, ਕੋਈ ਉਦਾਸੀ ਹੈ, ਇਹ ਭੇਖਾਂ ਦੀ ਗੱਲ ਨਹੀਂ। ਇਹਨਾਂ ਤੋਂ ਉੱਚੇ ਸੀ, ਉਹ ਦੇਖਦੇ ਕੀ ਸੀ? ਜਿਗਿਆਸਾ ਭਾਵ। ਜੇ ਦੇਖਦੇ ਸੀ ਅਧਿਕਾਰੀ ਨੂੰ, ਮਨ ਚਾਹੂਗਾ ਕਰਾਂ ਤਪੱਸਿਆ, ਇਹ ਹੈ ਨਿਸ਼ਾਨੀ। ਉਹ ਜਿੱਤ ਪੇਟ ਤਰੀਏ ਇਹੋ ਹੈ ਨਿਸ਼ਾਨੀ, ਸਾਧ ਕੀ ਜਿੱਤ ਪੇਟ ਤਰੀਏ ਇਹੋ ਹੈ ਨਿਸ਼ਾਨੀ, ਸਾਧ ਕੀ। ਜਿੱਤ ਪੇਟ ਤਰੀਏ ਇਹੋ ਹੈ ਨਿਸ਼ਾਨੀ, ਸਾਧ ਕੀ ਜਿੱਤ ਪੇਟ ਤਰੀਏ ਇਹੋ ਹੈ ਨਿਸ਼ਾਨੀ, ਸਾਧ ਕੀ। ਸਾਰੇ ਬੋਲਿਆ ਤੇ ਭਾਈ ਇਹੋ ਨਿਸ਼ਾਨੀ, ਇਹੋ ਨਿਸ਼ਾਨੀ, ਇਹੋ ਨਿਸ਼ਾਨੀ ਭਾਈ, ਇਹੋ ਨਿਸ਼ਾਨੀ। ਇਹੋ ਨਿਸ਼ਾਨੀ, ਇਹੋ ਨਿਸ਼ਾਨੀ।
ਨਿਸ਼ਾਨੀ, ਇਹੋ ਨਿਸ਼ਾਨੀ, ਇਹੋ ਨਿਸ਼ਾਨੀ, ਇਹੋ ਹੈ ਨਿਸ਼ਾਨੀ, ਸਾਧ ਕੀ ਜਿੱਤ ਭੇਟ ਕਰੀਏ, ਇਹੋ ਹੈ ਨਿਸ਼ਾਨੀ ਸਾਧ ਕੀ, ਕਿੱਡੀ ਵੱਡੀ ਅਮੋਲ ਵਸਤੂ ਗੁਰੂ ਨਾਨਕ ਸਾਹਿਬ ਬਾਬਾ ਜੀ ਵੀ ਗੁਰਬਾਣੀ ਸਾਹਿਤ ਵੀ ਸਿੱਧ ਕੀਤਾ। ਕੌਣ ਹੈ ਇਹਨਾਂ ਚੋਂ ਸਾਧੂ? ਸਾਰੇ ਸਾਧੂ ਨੇ ਮੰਨ ਲਿਆ, ਪਰ ਇਹ ਨਿਸ਼ਾਨੀ ਰਣਾਣਾ ਹੈ ਉੱਥੇ, ਮੈਂ ਨੰਨਾ ਬੋਲਦਾ ਨਿਸ਼ਾਨੀ ਕਹਿ ਦਿੰਦਾ, ਇਹ ਨਿਸ਼ਾਨੀ ਸਾਧ ਕੀ, ਸਾਧੂ ਦੀ ਨਿਸ਼ਾਨੀ ਕੀ? ਜਿੱਤ ਭੇਟ ਤਰੀਏ, ਜਿਹਦੇ ਦਰਸ਼ਨ ਕਰਕੇ ਬਸ ਨਿਹਾਲ ਨਿਹਾਲ ਨਿਹਾਲ, ਤੀਰਜ ਬੁੱਧ ਵਿਵੇਕ ਬਲ ਗਤਮਤ ਅਵਸਰ ਬਾਤ, ਦਰਸ਼ਨ ਭੇਟ ਤਰੀ ਸਖੀ ਭੁੱਲ ਗਈ ਸੁਧ ਸਾਤ, ਸੱਤੇ ਸਿੱਧਾਂ ਸੁਧਾਂ ਭੁੱਲ ਗਈਆਂ, ਔਰ ਇਹ ਨਹੀਂ ਪਤਾ। ਆ ਹੁਣ ਸੰਗਤ ਦਾ ਦੇਖੋ ਕੀ ਸਰੋਵਰ, ਕੀ ਸੰਗਤ, ਇੱਕ ਬਹਿਰੀ ਜਹਾਜ਼ ਐਂ ਸਮਝੋ, ਕਿਸੇ ਸ਼ਿਪ ਦੇ ਵਿੱਚ ਸਫ਼ਰ ਕਰਦੇ ਜਾ ਰਹੇ ਹਾਂ। ਸਮੁੰਦਰ ਬਣਿਆ ਸੰਸਾਰ, ਇਸ ਵਕਤ ਦੇਖੋ ਤੁਸੀਂ ਆਨੰਦ। ਜੇ ਉਹ ਬੁੱਲਾ ਸ਼ੱਕ ਐਵੇਂ ਨਹੀਂ ਕਿਹਾ, ਬੁੱਲਿਆ ਰੱਬ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ, ਦੇਖੋ ਤਾਂ ਸਹੀ ਜਾ ਕਿਹਦਾ ਬਗੀਚਾ ਹੈ। ਇੱਥੋਂ ਰੱਬ ਭਗਤ, ਮੈਂ ਬੈਕੁੰਠਾਂ 'ਚ ਨਹੀਂ ਰਹਿੰਦਾ, ਰੱਬ ਨੇ ਵੀ ਕਹਿ ਦਿੱਤਾ ਨਾਰਦ ਜੀ ਨੂੰ, ਨਾ ਹੀ ਵਿਸਾਮਾ ਬੈਕੁੰਠ ਹੈ, ਉਹ ਬੈਕੁੰਠਾਂ ਨੂੰ ਮਤ ਪਾਲਦਾ ਫਿਰ ਸੁਰਗਾਂ ਵਰਗੇ ਬੈਕੁੰਠ ਭਗਤ ਲੋਕ ਸੰਤ ਲੋਕ, ਨਾ ਹੀ ਵਿਸਾਮਾ ਬੈਕੁੰਠ ਹੈ ਜੋਗੀ ਹਿਰਦਿਆਂ ਨੱਚ, ਮੈਂ 24 ਘੰਟੇ ਜੋਗੀ ਦੇ ਰਿਹਦੇ ਵਿੱਚ ਵੀ ਨਿਵਾਸ ਨਹੀਂ ਕਰਦਾ। ਕਿੱਥੇ ਰਹਿੰਦੇ ਹੋ? ਸਰਵ ਵਿਆਪਕ ਹਾਂ ਮੈਂ, ਜਿੱਥੇ ਮੈਨੂੰ ਦੇਖ ਉੱਥੇ ਹੀ ਮੈਂ ਤਾਂ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਰਾ ਜ਼ਹੂਰ ਹੈ। ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਚ ਇੱਕ ਚਾਹੁੰਦਾ ਹੈ ਕਿ ਹਾਜ਼ਰਾਂ ਕੋ ਹਾਜ਼ਰ ਹੈ, ਹਾਜ਼ੀ ਲੋਕ ਜਾਂਦੇ ਸਨ ਤੇ ਉਹਨਾਂ ਨਾਲ ਹੀ ਗੋਸ਼ਟ ਹੋ ਰਹੀ ਸੀ ਬਾਬਾ ਜੀ ਦੀ, ਕਹਿੰਦੇ ਤੁਸੀਂ ਮੱਕੇ ਨੂੰ ਚੱਲੇ ਹੋ, ਹਾਜ਼ੀ ਬਣ ਕੇ ਚੱਲੇ ਹੋ, ਰੱਬ ਦੇ ਦਰਸ਼ਨ ਦੱਸੋ ਸਾਡੇ ਵਾਸਤੇ। ਤਾਂ ਉਹ ਕਹਿੰਦੇ ਉੱਥੇ ਜਾਵਾਂਗੇ, ਆਹ ਕਰਾਂਗੇ, ਵਾਹ ਕਰਾਂਗੇ, ਚਲੋ ਗੱਲ ਮੈਂ ਹਾਜ਼ਰ ਦੀ।
ਕਿ ਐ ਸਜਣੋ ਮੱਕੇ ਦੇ ਹਾਜ਼ੀਓ, ਹਾਜ਼ਰਾਂ ਕੋ ਹਾਜ਼ਰ ਹੈ, ਬੇਹਾਜ਼ਰਾਂ ਕੋ ਕਹਿਰ ਹੈ। ਕਹਿਰ ਲਿਖਿਆ, ਜਿਹੜੇ ਰੱਬ ਨੂੰ ਹਾਜ਼ਰ ਨਹੀਂ ਸਮਝਦੇ, ਕਹਿਰ ਬੀਤ ਗਿਆ, ਕਹਿਰ ਕਹਿਰ ਬੀਤਦਾ ਉਹਨਾਂ ਵਾਸਤੇ। ਤਰੀ ਇਹਦਾ ਅਰਥ ਕੀ? ਨਿਸ਼ਕਾਮ ਨਿਰਮਾਣ ਜਿੱਥੇ ਸਾਧੂ ਕੀਰਤਨ ਕਰਦੇ ਨੇ, ਤੈ ਕਿੱਥ ਹੈ, ਕਿੱਡਾ ਵੱਡਾ। ਤਤਰ ਤ੍ਰਿਸ਼ਟੇ ਮਹਿ ਨਾਰਦ ਹੈ, ਹੇ ਨਾਰਦ ਮੈਂ ਵਿੱਚ ਨੀ ਬੈਕੁੰਠਾਂ ਦੇ ਰਹਿੰਦਾ, ਬਾਸਾ ਸਾਧ ਸੰਗਤ ਹੈ, ਮੈਂ ਵਿੱਚ ਨੀ, ਮੈਂ ਵਿੱਚ ਨੀ ਬੈਕੁੰਠਾਂ ਦੇ ਰਹਿੰਦਾ, ਮੈਂ ਤਾਂ ਵਿੱਚ ਨੀ ਬੈਕੁੰਠਾਂ ਰਹਿੰਦਾ। ਬਾਸਾ ਸਾਧ ਸੰਗਤ ਹੈ, ਬਾਸਾ ਸਾਧ ਸੰਗਤ ਹੈ, ਮੈਂ ਤਾਂ ਵਿੱਚ ਨੀ ਬੈਕੁੰਠਾਂ ਦੇ ਰਹਿੰਦਾ, ਮੈਂ ਤਾਂ ਵਿੱਚ ਨੀ ਬੈਕੁੰਠਾਂ ਰਹਿੰਦਾ। ਬਾਸਾ ਸਾਧ ਸੰਗਤ, ਬਾਸਾ ਸਾਧ ਸੰਗਤ ਹੈ ਜੀ, ਬਾਸਾ ਗੁਰ ਨੇ ਗੁਰਬਾਣੀ ਵਿੱਚ ਵੀ ਵਰਣਨ ਕੀਤਾ ਹੈ, ਬਈ ਗੜ ਦਸ ਗਾਉਂਦੇ ਨੇ ਸੰਤ ਜਿੱਥੇ, ਉੱਥੇ ਮੇਰਾ ਦਿਲ ਲੱਗਦਾ। ਗੜ ਦਸ ਗਾਉਂਦੇ ਨੇ ਸੰਤ ਜਿੱਥੇ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਹਰ ਜਸ ਪਿਆਰੇ ਜੀ, ਉੱਥੇ ਮੇਰਾ ਮਨ ਲੱਗਦਾ। ਮੇਰੇ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਪਿਆਰੇ ਜੀ, ਉੱਥੇ ਮੇਰਾ ਮਨ ਲੱਗਦਾ। ਮੇਰੇ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਆਹ
ਓ ਵਰਦਾ ਪਾਉਂਦੇ ਨੇ ਸੰਤ ਜਿੱਥੇ ਪਿਆਰੇ ਉੱਥੇ ਮੇਰਾ ਹਰ ਜਸ ਗਾਉਂਦੇ ਨੇ ਸੰਤ ਜਿੱਥੇ ਪਿਆਰੇ ਜੈ ਕੀਰਤਨ ਤੇਰਾ ਸਾਧੂ ਗਾਵੇ ਹੈ ਤਹਿ ਮੇਰਾ ਮਨ ਲਾਗੈ ਦਿਲ ਹੋਰ ਚੀਜ਼ ਹੈ ਬੀਅਰਸ ਇਹ ਤਾਂ ਸਿਰ ਸਵਾ ਸਿਰ ਦਾ ਹੈ ਮਨ ਦੀ ਅਵਸਥਾ ਪਰਸੋਂ ਵੀ ਮੈਂ ਬੋਲਿਆ ਕੱਲ੍ਹ ਤੋਂ ਪਹਿਲੇ ਦਿਨ ਮਨ ਹੈ ਕਿ ਭਗਵਾਨ ਦਾ ਉਚਾਰਨ ਕੀਤਾ ਸ਼ਬਦ ਗੀਤਾ 'ਚ ਸੰਕਲਪ ਵਿਕਲਪ ਹੀ ਮਨੰ ਕਲਪਨਾ ਦਾ ਪੁਤਲਾ ਹੈ ਕਦੇ ਜੋਗੀ ਕਦੇ ਭੋਗੀ ਕਦੇ ਰੋਗੀ ਕਦੇ ਸੋਗੀ ਕਦੇ ਵਿਕਲਪ ਹੋ ਜਾਂਦਾ ਮੈਂ ਹੁਣ ਸਮਾਧੀ ਲਾਉਣਾ ਬਸ ਠੀਕ ਹੈ ਕਦੇ ਘਰ ਦਾ ਕੰਮ ਕੌਣ ਕਰੂਗਾ ਘਰ ਦਾ ਨਹੀਂ ਚੱਲਣਾ ਭੁੱਖੇ ਮਰ ਜਾਣਗੇ ਨਿਆਣੇ ਜੇ ਮੈਂ ਨਾ ਕਮਾਇਆ ਮਰ ਜਾਣਗੇ ਚੱਲ ਉੱਠ ਤਮਾਂ ਦੀ ਚੱਕੀ ਫੇਰ ਪੀਣੀ ਸ਼ੁਰੂ ਕਰ ਦਿੰਦਾ ਸੰਕਲਪੋ ਵਿਕਲਪੋ ਹੀ ਮਨੰ ਮਨ ਕਿੱਥੇ ਲੱਗਦਾ ਜਾਣਾ ਮੈਂ ਬੈਕੁੰਠਾਂ ਵਿੱਚ ਨਹੀਂ ਰਹਿੰਦਾ ਐ ਨਾਰਦ ਜੇ ਸਾਕਸ਼ਾਤ ਕਲਯੁਗ ਵਿੱਚ ਪ੍ਰਤੱਖ ਮੇਰੇ ਦਰਸ਼ਨ ਕਰਨੇ ਨੇ ਤਾਂ ਮੈਂ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਿਆ ਕਰਦਾ ਕਿਆ ਨਾਹੇ ਬਸਾਮਾ ਬੈਕੁੰਠ ਹੈ ਜੋਗੀ ਰਿਧਿਆ ਨਚ ਮਦਾ ਭਗਤਨ ਯਦਾ ਗਾਇਤਰੀ ਤਤਰਤਰ ਸ਼ਿਮ ਹੈ ਨਾਰਦ ਹੈ ਹੇ ਨਾਰਦ ਤੋ ਰੱਬ ਹੈ ਕਿੱਥੇ ਨਹੀਂ ਹਾਜ਼ਰਾਂ ਕੋ ਹਾਜ਼ਰ ਗੁਰੂ ਤਾਂ ਮੇਰੇ ਅੰਗ ਸੰਗ ਹੈ ਮੈਂ ਕਹਿੰਦਾ ਇੱਥੇ ਲੈ ਨਾਲ ਬੈਠਾ ਗੱਜ ਕੇ ਬੋਲੋ ਲਾ ਉਹ ਦੂਏ ਕੀ ਕਹਿਣਗੇ ਨਾ ਖਾਲੀ ਤਾਂ ਥਾਂ ਪਿਆ ਐਵੇਂ ਸਿਵੜੇ ਵਾਲਾ ਕਹੀ ਜਾਂਦਾ ਮੇਰੇ ਨਾਲ ਰੱਬ ਵੱਸਦਾ ਗੁਰੂ ਵੱਸਦਾ ਨਹੀਂ ਤਾਂ ਗੱਪਾਂ ਮਾਰਦਾ ਜੇ ਗੱਪ ਮਰ ਜੂਗੀ ਤਾਂ ਹੀ ਸੱਚ ਰਹੂਗਾ ਤੇ ਕਮਾਲ ਹੈ ਮੈਂ ਉਸੇ ਅਵਸਥਾ 'ਚ ਬਾਬਾ ਜੀ ਦਾ ਬਚਨ ਜਿਹੜਾ ਸੀ ਚੱਲਦਾ ਟਾਈਮ ਵੀ ਜਾਂਦਾ ਉੜਿਆ ਬਾਬਾ ਵੀਰ ਮਦਾਸ ਧੰਨ ਧੰਨ ਬਾਬਾ ਵੀਰ ਮਦਾਸ ਧੰਨ ਧੰਨ ਬਾਬਾ ਕੀ ਕਹਿੰਦੇ ਨੇ ਸੰਤ ਮਹਾਰਾਜ ਨੂੰ ਕਿ ਨਿਸ਼ਾਨੀ ਦੀ ਗੱਲ ਸੀ ਕਹਿੰਦੇ ਆ ਜਾ ਸਿੱਖਾ ਆ ਜਾ ਧੰਨ ਧੰਨ ਬਾਬਾ ਵੀਰ ਮਦਾਸ ਜੀ ਮਹਾਰਾਜ ਪਹਿਲੀ ਗੱਲ ਕੱਢਦੇ ਅੰਦਰੋਂ ਮੈਂ ਤੇਰੇ ਵਰਗਿਆਂ ਦੇ ਜਿਨ੍ਹਾਂ ਦੇ ਹਿਰਦੇ ਸ਼ੁੱਧ ਕੀਤੇ ਨੇ ਭਾਂਡਾ ਬਣਾਏ ਮੈਂ ਵੀ ਦਰਸ਼ਨ ਚਾਹੁੰਦਾ ਕਰਨੇ ਗੁਰਬਾਣੀ ਪੜ੍ਹਨ ਵਾਲਿਆਂ ਦੇ ਚਾਹੁੰਦਾ
ਪਰ ਜਿਹੜੇ ਇੱਟਾਂ ਵੱਟੇ ਪੱਥਰ ਬਾਂਸ ਲਿਆਉਂਦੇ ਨੇ ਉਹਨਾਂ ਦਾ ਹੀ ਡੰਡਾ ਖੜਕਦਾ ਹੈ। ਜਿਹਾ ਮਨੋਰਥ ਕਰ ਆਰਾਧੈ ਸੋ ਸੰਤਨ ਤੇ ਪਾਵੈ। ਕਰਕੇ ਪਲ ਵਿੱਚ ਨਜ਼ਰ ਮਿਹਰ ਦੀ, ਆ ਜਾ ਉਰੇ, ਆ ਗਿਆ ਬ੍ਰਹਮ ਗਿਆਨੀ ਦਿਲ ਦੀ ਜਾਨੀ। ਇਹ ਵਸਤਾ ਵੀ ਮੇਰੀ ਲਿਖੀ ਹੋਈ ਹੈ, ਵੈਸੇ ਮੈਂ ਇੱਧਰ ਨਹੀਂ ਜਾਂਦਾ। ਬ੍ਰਹਮ ਗਿਆਨੀ ਤੋਂ ਆਪ ਪਰਮੇਸ਼ਰ ਹੈ, ਗੁਰੂ ਅਰਜਨ ਦੇਵ ਜੀ ਵੀ ਫਰਮਾਇਆ। ਅਸੀਂ ਰੱਬ ਨੂੰ ਟੋਲਦੇ ਫਿਰਦੇ ਹਾਂ, ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ। ਅਸੀਂ ਕਹਿੰਦੇ ਸ਼ਿਵ ਜੀ ਟੋਲਦੇ ਫਿਰਦੇ, ਧਾਰਨਾ ਬੜੀਆਂ ਪੜ੍ਹਦੇ ਹਾਂ, ਬਹੁਤ ਪੜ੍ਹਦੇ ਹਾਂ। ਬ੍ਰਹਮ ਗਿਆਨੀ ਨੂੰ ਸ਼ਿਵ ਜੀ ਟੋਲਦੇ ਫਿਰਦੇ, ਜਿਹਨੂੰ ਸ਼ਿਵ ਜੀ ਟੋਲਦੇ ਫਿਰਦੇ ਨੇ, ਕਮਾਲ ਹੈ। ਉਹ ਕਿੱਡੀ ਕਮਾਈ ਦਾ ਮਾਲਕ ਹੈ ਬ੍ਰਹਮ ਗਿਆਨੀ, ਆਪ ਪਰਮੇਸ਼ਰ ਹੈ। ਫਿਰ ਹੈ ਉੱਥੇ ਟਿਕਾਣਾ ਮਨ ਦਾ ਕੋਈ ਹੈ ਬ੍ਰਹਮ ਗਿਆਨੀ ਆ ਜੀ? ਸੰਤ ਮਹਾਰਾਜ ਸੰਤ ਮਗਰ ਸਿੰਘ ਜੀ ਨੂੰ ਅਜੇ ਭਾਈ ਮਗਰ ਸਿੰਘ ਕਹਿੰਦੇ ਸੀ, ਉਹ ਤੋਂ ਬਾਅਦ ਸੰਤਾਂ ਦਾ ਦਰਜਾ ਮਿਲ ਗਿਆ। ਕਹਿੰਦੇ ਆ ਜਾ, ਤੈਨੂੰ ਇਹ ਉਡੀਕਦਾ ਸੀ ਮੈਂ। ਉਹਦੇ ਮਨ ਵਿੱਚ ਆਉਂਦੀ ਹੈ ਸੰਤ ਭਾਈ ਮੱਘਰ ਸਿੰਘ ਜੀ ਦੇ, ਉਹ ਤੇ ਮੋਹੀ ਵਾਲੇ ਸੰਤ ਨਰਿੰਦਰ ਸਿੰਘ ਬੀਬਾ ਡਾਕਟਰ ਨੇ, ਡਾਕਟਰਨੀ ਨੇ ਦੇਖੇ ਨੇ ਮੋਹੀ ਵਾਲੇ। ਭੂਆ ਤੇ ਮਾਮੇ ਦਾ ਰਿਸ਼ਤਾ ਸੀ ਉਹਨਾਂ ਦਾ, ਭੂਆ ਦੇ ਪੁੱਤਰ ਤੇ ਮਾਮੇ ਦੇ ਰਿਸ਼ਤੇ ਨਾਲ ਮੋਹੀ ਉਧਰਲੀ, ਮੋਹੀਆਂ ਕਈ ਨੇ ਮੋਹੀਆਂ, ਪਰ ਉਧਰ ਜਾਂਗਪੁਰ ਦੇ ਨਾਲ ਲੱਗ ਮਈ ਹੈ ਬ੍ਰਹਮ ਗਿਆਨੀ ਦੀ ਅਵਸਥਾ। ਕਹਿਣ ਲੱਗੇ ਆ ਜਾ ਆਹੀ, ਕਹਿੰਦਾ ਮੈਂ ਮੇਰੇ ਦਿਲ ਦੀ ਤਾਂ ਅਜੇ ਇੱਕ ਤਾਂ ਗੱਲ ਬਣ ਗਈ, ਦੂਸਰੀ ਕਿਵੇਂ ਬਣੂਗੀ? ਮਨ ਵਿੱਚ ਕੀ ਚਿਤਵਿਆ ਸੀ? ਕਹਿੰਦੇ ਸਿੱਖਾ ਤਨ ਤਨ ਬਾਬਾ ਵੀਰ ਮਦਾਸ ਜੀ ਮਹਾਰਾਜ, ਸਿੱਖਾ ਤੂੰ ਸੁਖਮਨੀ ਸਾਹਿਬ ਦਾ ਪਾਠ ਕਰਦਾ ਆਉਂਦਾ ਆਉਂਦਾ ਇੱਥੇ ਪਹੁੰਚ ਗਿਆ। ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਆਹੀ ਪੜ੍ਹਦਾ ਹੈ ਇਹ, ਮੈਂ ਸੰਤ ਸ਼ਮਸ਼ੇਰ ਸਿੰਘ ਸੰਗਤੇ ਸੁਣਦੇ ਹੋ ਪ੍ਰੇਮੀਓ, ਇਹ ਉਹਨਾਂ ਦੀ ਨਿਸ਼ਚਾ ਕਰਾਉਣ ਵਾਲੀ ਗੱਲ। ਮੈਂ ਤਾਂ ਬਸ ਉਹ ਪੁੱਛਿਆ ਦੇਣ ਵਾਲਿਆਂ ਵਾਂਗੂ ਲੱਗ ਗਿਆ ਬੋਲਣ। ਕਹਿੰਦੇ ਆ ਅੱਜ ਮੈਂ ਸੰਤੁਸ਼ਟ ਹੋ ਗਿਆ ਤੁਹਾਡੇ ਕੋਲੋਂ, ਮੇਰੇ ਗੁਰੂ ਦਾ ਜਸ ਸੁਣ ਲਿਆ ਵੀ ਮਿਲੇ ਕਿਵੇਂ ਸੀ। ਉਸ ਤੋਂ ਬਾਅਦ ਜਿਵੇਂ ਸੰਤ ਜਵਾਲਾ ਸਿੰਘ ਹਰਖੋਵਾਲ, ਉਹਨਾਂ ਦੇ ਵੀ ਸੇਵਕ ਬੈਠੇ ਨੇ ਓਵਰਸੀਅਰ ਸਾਹਿਬ, ਆਸ਼ਕ ਹੋਏ ਫਿਰਦੇ ਨੇ ਪਿੱਛੇ ਪਿੱਛੇ, ਪਟਿਆਲਾ ਕਿੱਥੇ, ਹੁਸ਼ਿਆਰਪੁਰ ਕਿੱਥੇ, ਨਵਾਂ ਸ਼ਹਿਰ ਕਿੱਥੇ, ਬਲਾ ਚੌਰ ਕਿੱਥੇ। ਅੱਜ ਜੇ ਆਨੰਦ ਹੈ ਕੁਛ, ਚਲੋ ਦੁਆਬੇ ਤੋਂ ਵੀ ਬਹੁਤ ਸੰਗਤ ਆਈ ਹੈ। ਤਾਂ ਕਰਕੇ ਪਲ ਵਿੱਚ ਨਜ਼ਰ ਮਿਹਰ ਦੀ, ਬਖਸ਼ਣ ਖੁਸ਼ੀ ਖਜ਼ਾਨੇ, ਸ਼ਾਨ ਦੇ ਸਿਰ ਸ਼ਾਹ ਵਡੇਰੇ ਜੋ ਉਸਦੇ ਮਸਤਾਨੇ।
ਮਸਤਾਨਾ ਦੀਵਾਨਾ ਹੋ ਗਿਆ। ਫਕੀਰੀ ਦਾ ਅਨੰਤ ਐਨ ਨੇਤਰੇ ਪਲਟਿਆ, ਜਿਵੇਂ ਸੰਤ ਜਵਾਲਾ ਸਿੰਘ ਜੀ ਨੂੰ ਬਚਨ ਕਹਿੰਦੇ ਆ, ਦੇਖ ਤੀਸਰਾ ਇਹ ਬਚਨ ਨਹੀਂ ਲਿਖਿਆ ਜੀ, ਕਹਿੰਦੇ ਸਾਨੂੰ ਬੈਠਿਆਂ ਦੇਖ ਲੈ ਥੋੜ੍ਹਾ ਜਿਹਾ ਹੋ ਰਿਹਾ। ਸੰਤ ਜਵਾਲਾ ਸਿੰਘ ਜੀ ਅਤੇ ਸੰਤ ਮਹਾਰਾਜ ਮੱਘਰ ਸਿੰਘ ਜੀ ਨੂੰ, ਜਵਾਲਾ ਸਿੰਘ ਜੀਆਂ ਨੂੰ ਤਾਂ ਇੱਕੋ ਹੀ ਬਚਨ ਕੀਤਾ, ਉਹਨਾਂ ਨੇ ਉਹ ਭੇਦ ਬੜਾ ਭੁੰਡੀ ਵਾਲਾ ਹੈ। ਕੱਲ੍ਹ ਜਿਵੇਂ ਮੈਂ ਸੰਤ ਪਰਸ਼ੁਰਾਮ ਸਾਡੇ ਸ਼੍ਰੀ ਮੰਤ ਦੀ ਸੁਣਾਉਂਦਾ ਸੀ, ਵਿਚਾਲੇ ਜੀ ਗੋਤਾ ਜਿਹਾ ਮਾਰ ਗਿਆ ਮੈਂ, ਤਾਂ ਸੰਤ ਜਵਾਲਾ ਸਿੰਘ ਜੀ ਨੇ ਪੁੱਛਿਆ ਸੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨਾਲ ਕੋਈ ਵਚਨ ਹੋਇਆ ਸੀ, ਇਹ ਕੀ? ਇਹ ਤਾਂ ਗੱਲੇ ਹੋਰ ਹੈ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇਹ ਦਰਮਿਆਨ 'ਚ ਮੈਂ ਛੱਡ ਗਿਆ, ਮੈਂ ਆਪਦੀ ਵਡਿਆਈ ਨਹੀਂ ਕਰਦਾ। ਸੰਤ ਜਵਾਲਾ ਸਿੰਘ ਜੀ ਹਰਖੋਵਾਲ ਨੂੰ, ਅੱਛਾ ਕਿਆ ਤੈਨੂੰ ਇੱਕ ਗੱਲ ਹੈ, ਨਦਰ ਕਰ ਦਿੱਤੀ, ਤੂੰ ਜਿਸ 'ਤੇ ਨਦਰ ਕਰੇ ਚਾਹੇਗਾ ਉਸਨੂੰ ਬ੍ਰਹਮ ਗਿਆਨੀ ਬਣਾ ਦਿਆ ਕਰੇਗਾ। ਕਿਆ ਕਮਾਲ, ਐਡੀਆਂ ਦਾਤਾਂ ਦਾ ਮਾਲਕ ਦਾਤਾ, ਤਨ ਤਨ ਬਾਬਾ ਬੀਰਮਦਾਸ ਜੀ ਮਹਾਰਾਜ, ਮਹਾਂਪੁਰਸ਼ ਰਾੜੇ ਸਾਹਿਬ ਵਾਲਿਆਂ ਚਾਰ ਸਾਢੇ ਚਾਰ ਸਾਲ ਦੀ ਅਵਸਥਾ ਵਿੱਚ ਕੀ ਬਚਨ ਕੀਤਾ ਸੀ। ਪੈਦਲ ਪਿਤਾ ਜੀ ਦੇ ਮਗਰੇ ਚਲੇ ਗਏ, ਮੈਂ ਉਸੇ ਧਰਤੀ 'ਚ ਕਿਤਨਾ ਸਮਾਂ ਹੋ ਗਿਆ ਰਹਿੰਦੇ ਨੂੰ, ਢਾਈ ਤਿੰਨ ਕੁ ਹੁਣ ਜੋੜ ਮੇਲੇ ਲੱਗਦੇ ਨੇ, ਤਿੰਨ ਤੋਂ ਚੌਥਾ ਨਹੀਂ ਸੀ ਕੋਈ ਬੰਦਾ ਪਿੰਡ ਦਾ ਆਉਂਦਾ ਆਉਂਦਾ ਦੀਵਾਨ ਵਿੱਚ, ਆਲੇ ਦੁਆਲੇ ਦੇ ਬਥੇਰੇ ਸਿੰਬੜੋ ਤੋਂ ਹੋਰ ਧਨੌਰੇ ਧਨੌਰੀਆਂ, ਅੱਜ ਪਛਤਾਉਂਦੇ ਨੇ ਕਿ ਉਹ ਰੱਬ ਆਇਆ ਸੀ ਸਾਡੇ ਆਲੋ ਆਲ, ਸਾਡੇ ਹੱਥ ਆਇਆ ਜੇ ਖਜ਼ਾਨਾ ਜ਼ਰੂਰ, ਪਰ ਅਸੀਂ ਲਾਹਾ ਨਾ ਲੈ ਸਕੀ, ਅੱਜ ਪਛਤਾਉਂਦੇ ਨੇ। ਘਰ ਘਰ ਜਾ ਕੇ ਪੁੱਛ ਲਓ, ਮੇਰੀ ਤਾਂ ਹਾਜ਼ਰੀ ਰੋਜ਼ ਦੂਏ ਚੌਥੇ, ਕਦੇ ਨੇਰੇ ਕਦੇ ਸਵੇਰੇ ਕਦੇ ਕਿਵੇਂ, ਹਲਵਾਣਾ ਵੀ ਬੈਠਾ ਸਾਰਾ, ਐਡੇ ਤਪੀਸ਼ਰਾਂ ਦੀ ਧਰਤੀ ਛੱਡ ਕੇ ਕਿਉਂ ਬੈਠੇ ਨੇ, ਇਹਨਾਂ ਨੂੰ ਵੀ ਦੱਸਿਆ ਸੀ ਰਾਹ 'ਚ ਖੜਿਆਂ ਨੂੰ, ਵੀ ਉੱਥੇ ਰੋੜਿਆਲ ਵੀ ਦੱਸਿਆ ਸੀ, ਤੁਹਾਨੂੰ ਕਿਉਂ ਲਈ ਫਿਰਦੇ ਹਾਂ। ਆਓ ਇੱਕ ਫਕੀਰ ਦੀ ਗੱਲ, ਮਹਾਰਾਜ ਨੇ ਨਾਦਰ ਕਹਿੰਦੇ ਸੰਤ ਮੱਘਰ ਸਿੰਘ ਨੂੰ, ਲੈ ਹੁਣ ਤੂੰ ਸੰਤ ਬਣ ਗਿਆ, ਤੇਰੇ ਪੈਰੇ ਗੁਰੂ ਗੋਬਿੰਦ ਸਿੰਘ ਆਪ ਦਿਆ ਕਰੇਗਾ। ਇਹ ਉਹੀ ਗੱਲ ਹੋਈ, ਦਸ਼ਮੇਸ਼ ਜੀ ਖੜੇ ਜਿਵੇਂ ਬਾਬਾ ਜੀ ਸੰਤ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਦੇ ਪੈਰੇ 'ਤੇ ਖੜੇ, ਤਥਾ ਐਸੇ ਹੀ ਸੰਤ ਮੱਘਰ ਸਿੰਘ ਜੀਆਂ ਦੇ, ਜਦੋਂ ਪੈਰਾ ਦੇਖਿਆ ਸਭ ਕੁਛ ਛੱਡ ਕੇ, 31ਵਾਂ ਸਾਲ ਸੀ ਫੌਜੀ ਸਿੰਘੋ, 31ਵੇਂ ਸਾਲ, ਨਾ ਉੱਥੇ ਤੁਹਾਡਾ ਨਾਂ ਨਹੀਂ ਕੱਢਦੇ ਉਹ, ਉਹ ਰਜਿਸਟਰ 'ਚ ਨਾਂ ਨਹੀਂ ਰਿਹਾ, ਪੱਟੀ ਫਿਰ ਗਈ। ਉਹ ਤਾਂ ਜਨਮਾਂ ਜਨਮਾਂ ਦੇ ਕੀਤਿਆਂ ਗੁਨਾਹਾਂ ਦਾ ਖਾਤਮਾ ਕਰ ਦਿੰਦੇ ਨੇ, ਇਹ
ਪੱਟੀ ਪਹੁੰਚਤੀ ਅੱਖੇ ਅੱਗੇ ਸਾਡੇ ਵੇਲੇ ਕਹਿੰਦੇ ਹੁੰਦੇ ਪਹੁੰਚਦੇ ਇਹਨੂੰ ਪੱਟੀਆਂ 'ਤੇ ਗਾਜਣੀ ਮੜਨੀ ਲਿਖਣਾ ਹੁਣ ਤਾਂ ਬਹੁਤ ਕੁਛ ਲਿਖਣ ਨੂੰ ਹੋ ਗਿਆ ਤੋ ਮਹਾਂਪੁਰਸ਼ ਸੰਤ ਮਗਰ ਸਿੰਘ ਜੀ ਜਾ ਤੇਰੇ ਪੈਰੇ ਦੇ ਪੈਰੇ 'ਤੇ ਦਸ਼ਮੇਸ਼ ਜੀ ਨੇ ਖੁਦ ਖੜ ਕੇ ਪਹਿਰਾ ਦਿੱਤਾ ਉਦੋਂ ਹੀ ਸਰਬ ਛੱਡਤੀ ਨਾ ਰਿਹਾ ਨਹੀਂ ਰਜਿਸਟਰ ਵਿੱਚ ਕੋਈ ਫਿਰ 40 ਸਿੰਘ ਨਾਲ ਆ ਗਏ ਸਭ ਬੈਰਾਗੀ ਬਣਾ ਦਿੱਤੇ 40 ਸਿੰਘ ਨਾਲ ਆਏ ਸੀ ਜਿਨ੍ਹਾਂ ਨੇ ਕਹਿੰਦੇ ਸਾਡਾ ਸੰਤ ਮਗਰ ਹੁਣ ਸੰਤ ਮਗਰ ਸਿੰਘ ਜੀ ਤੁਸੀਂ ਸੰਤ ਹੋ ਗਏ ਐਡਾ ਬਰ ਲਿਆਏ ਇੱਕ ਬ੍ਰਹਮ ਗਿਆਨੀ ਪੂਰਨ ਮਹਾਂਪੁਰਖ ਤੋਂ ਹੁਣ ਅਸੀਂ ਤਾਂ ਤੁਹਾਡੇ ਬਿਨਾਂ ਜਿਉਂ ਨਹੀਂ ਸਕਦੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵਾਂ ਚਲੋ ਆਓ ਫਿਰ 40 ਸਿੰਘ ਸੰਗਤੇ ਆਏ ਸੀ ਅੱਜ ਇਤਨਾ ਪ੍ਰਤਾਪ ਇਤਨਾ ਪ੍ਰਤਾਪ ਅੱਜ ਸਮਝ ਤੋਂ ਬਾਹਰ ਹੈ ਗੱਲ ਮੈਂ ਅੱਗੇ ਨਹੀਂ ਜ਼ਿਆਦਾ ਬੋਲਦਾ ਤੋ ਇੱਕ ਫਕੀਰ ਦੀ ਨਜ਼ਰ ਦਾ ਸਦਕਾ ਮੈਂ ਬੋਲਦਾ ਇੱਕ ਥੋੜ੍ਹਾ ਸਾ ਬ੍ਰਹਮ ਗਿਆਨੀ ਦੀ ਅਵਸਥਾ ਦਾ ਔਰ ਆਪ ਸਵਾਰੇ ਸਬਰ ਤੀਸਰਾ ਪੁਆਇੰਟ ਹੈ ਮੇਰਾ ਕਿ ਮਹਾਂਪੁਰਸ਼ ਜੀਵਨ ਵਿੱਚ ਪਲਟਾ ਕਿਹੋ ਜਿਹਾ ਲਿਆ ਦਿੰਦੇ ਨੇ ਜੀਵਨ ਵਿੱਚ ਪਲਟਾ ਲਿਆਉਂਦੇ ਨੇ ਤਾਂ ਇੱਕ ਫਕੀਰ ਹੈ ਜਿਸਦਾ ਜਲਵਾ ਰੱਬੀ ਪ੍ਰੇਮ ਦੀ ਖੇਡ ਵਿੱਚ ਇਤਨਾ ਹੀ ਆਖਿਆ ਸੀ ਮੈਂ ਬਾਹਲਾ ਕੁਛ ਕਿਉਂਕਿ ਟਾਈਮ